ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀਓ, ਫਤਿਹ ਪ੍ਰਵਾਨ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਤਿਹਾਸ ਅਤੇ ਗੁਰਬਾਣੀ ਦੇ ਚਾਨਣ ਵਿੱਚ ਆਓ ਸਿਰਜੀਏ ਆਨੰਦਮਈ ਪਰਿਵਾਰਕ ਜੀਵਨ, ਹੈਪੀ ਫੈਮਿਲੀ ਲਾਈਫ। ਤਿੰਨ ਰੋਜ਼ਾ ਇਸ ਵਿਲੱਖਣ ਕਥਾ ਦਰਬਾਰ, ਯੂਨੀਕ ਕਥਾ ਦਰਬਾਰ ਦਾ ਅੱਜ ਇਹ ਦੂਸਰਾ ਦਿਨ ਹੈ। ਕੱਲ੍ਹ ਸਾਡੇ ਕੋਲ ਗਿਆਨੀ ਸਾਹਿਬ ਸਿੰਘ ਜੀ ਸ਼ਾਹਬਾਦ ਮਰਕੰਡਾ, ਉਹਨਾਂ ਨੇ ਕਥਾ ਕੀਤੀ ਸੀ। ਡਾਕਟਰ ਮਨਪ੍ਰੀਤ ਕੌਰ ਜੀ ਨੇ ਸਾਨੂੰ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਪਰਵਾਨਾ ਜੀ ਦੀ ਪੁਸਤਕ ਅਤੇ ਭਾਈ ਵੀਰ ਸਿੰਘ ਜੀ ਦਾ ਵਿਆਹ ਪ੍ਰਤੀ ਦ੍ਰਿਸ਼ਟੀਕੋਣ ਉਹ ਪੜ੍ਹ ਕੇ ਸੁਣਾਇਆ ਸੀ। ਔਰ ਅੰਤ ਵਿੱਚ ਡਾਕਟਰ ਸਵਿੰਦਰਪਾਲ ਕੌਰ ਸਿੱਧਵਾਂ ਤੋਂ, ਖਾਲਸਾ ਕਾਲਜ ਸਿੱਧਵਾਂ ਤੋਂ, ਉਹਨਾਂ ਨੇ ਸਾਨੂੰ ਵੀਰ ਭੁਪਿੰਦਰ ਸਿੰਘ ਜੀ ਲਿਵਿੰਗ ਟ੍ਰੈਜਰ ਵਾਲਿਆਂ ਦੀ ਪੁਸਤਕ ਵਿੱਚੋਂ ਜੀਵਨ ਵਿੱਚ ਆਉਣ ਵਾਲੀ ਸਮੱਸਿਆਵਾਂ ਬਾਰੇ ਜੋ ਛੋਟਾ ਜਿਹਾ ਲੇਖ ਕੁਛ ਅੰਸ਼ ਪੜ੍ਹ ਕੇ ਸੁਣਾਈ ਸੀ। ਸਤਿ ਸੰਗਤ ਜੀ, ਅੱਜ ਦਾ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਮੇਰਾ ਮਨ ਕਰਦਾ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਅਕਾਲ ਪੁਰਖ ਜੀ ਦਾ ਔਰ ਆਪ ਸਾਰੀਆਂ ਸੰਗਤਾਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਅੱਜ ਸਾਡੀ ਹੈਲਪਲਾਈਨ, ਜਿਹੜੇ ਫੋਨ ਨੰਬਰ ਸੀ ਔਰ ਜਿਹੜੇ ਸਾਡੇ ਸਾਰੇ ਮੈਂਬਰ ਸਾਹਿਬਾਨ ਨੇ, ਕੱਲ੍ਹ ਦੇ ਸਮਾਗਮ ਸੰਬੰਧੀ ਆਪ ਜੀ ਦੀਆਂ ਸਾਰਿਆਂ ਦੀਆਂ ਦੂਰੋਂ ਨੇੜਿਓਂ, ਕਿੱਥੋਂ ਅੰਮ੍ਰਿਤਸਰ ਅਤੇ ਕਿੱਥੋਂ ਪਟਿਆਲਾ ਅਤੇ ਕਈ ਪਿੰਡਾਂ ਤੋਂ, ਸ਼ਹਿਰਾਂ ਤੋਂ ਸਾਨੂੰ ਬਹੁਤ ਸਾਰੇ ਫੋਨ ਆਏ ਹਨ ਔਰ ਸੰਗਤ ਨੇ ਬੜੀ ਅਸੀਸ ਦਿੱਤੀ ਹੈ। ਮੈਂ ਬੇਨਤੀ ਕਰਾਂਗਾ ਸਾਰੀ ਸੰਗਤ ਦਾ ਧੰਨਵਾਦ, ਨਾਲ ਅੱਜ ਵੀ ਅਰਦਾਸ ਕਰਨਾ ਕਿ ਅੱਜ ਜੋ ਪੈਨਲ ਚਰਚਾ ਹੈ ਉਹ ਵਿਦਵਾਨਾਂ ਦੀ ਰਸਨਾ ਅਤੇ ਪਾਤਸ਼ਾਹ ਆਪ ਬੈਠ ਕੇ ਅਜਿਹੇ ਬਚਨ ਬੁਲਾਉਣ, ਸਾਡੇ ਘਰਾਂ ਵਿੱਚ, ਸਾਡੇ ਮਨਾਂ ਵਿੱਚ, ਹਿਰਦਿਆਂ ਵਿੱਚ ਉਹ ਬਚਨ ਵਸ ਜਾਣ ਔਰ ਸਾਡੇ ਘਰਾਂ ਵਿੱਚ ਸੁੱਖ ਸ਼ਾਂਤੀ ਅਤੇ ਆਨੰਦ ਦਾ ਮਾਹੌਲ ਹੋ ਜਾਏ। ਇਹ ਮੈਂ ਹੱਥ ਜੋੜ ਕੇ ਗੁਰਦੁਆਰਾ ਸਾਹਿਬ ਦੇ ਹਾਲ ਦੇ ਅੰਦਰ ਸਜੀ ਸੰਗਤ ਅਤੇ ਘਰਾਂ ਵਿੱਚ ਬੈਠੀ ਸਾਰੇ ਪੰਜਾਬ ਦੇ ਵਿੱਚ ਜੋ ਇਹ ਫਾਸਟ ਵੇ ਦੇ ਚੈਨਲ ਨੰਬਰ 405 ਰਾਹੀਂ ਇਸ ਸਮਾਗਮ ਦਾ ਆਨੰਦ ਮਾਣ ਰਹੇ ਹੋ, ਸਾਰਿਆਂ ਨੂੰ ਮੈਂ ਬੇਨਤੀ ਕਰਾਂਗਾ ਜ਼ਰੂਰ ਆਪਣੇ ਹਿਰਦੇ ਵਿੱਚੋਂ ਇੱਕ ਇੰਨੀ ਕੁ ਅਰਦਾਸ ਕਰ ਦਿਓ ਕਿ ਪਾਤਸ਼ਾਹ ਇਹ ਸਾਰੀ ਸੰਸਥਾ ਦੇ ਸਾਰੇ ਵੀਰ, ਸੁਕ੍ਰਿਤ ਟਰੱਸਟ, ਵਿਕਾਸ ਫਾਊਂਡੇਸ਼ਨ, ਮਿਸ਼ਨ ਪੈਗਾਮੇ ਸ਼ਬਦ ਗੁਰੂ, ਇਹ ਸਾਰੀ ਸੰਸਥਾਵਾਂ ਦੇ ਜਿਹੜੇ ਵੀਰਾਂ ਨੇ ਰਲ ਕੇ ਉਪਰਾਲਾ ਕੀਤਾ ਹੈ, ਇਹਨਾਂ ਦੀ ਜੋ ਅੱਜ ਵਿਦਵਾਨ ਅੱਜ ਆ ਰਹੇ ਹਨ ਉਹਨਾਂ ਦੀ ਰਸਨਾ 'ਤੇ ਬੈਠ ਕੇ ਪਾਤਸ਼ਾਹ ਬਖਸ਼ਿਸ਼ ਕਰੇ, ਬਾਣੀ ਅਨੁਸਾਰ ਇਤਿਹਾਸ ਅਨੁਸਾਰ ਹੀ ਬੋਲ ਬੁਲਵਾਏ ਸਾਡੇ ਕੋਲੋਂ, ਹੋਰ ਕੋਈ ਬੋਲ ਸਾਡੇ ਰਸਨਾ ਤੋਂ ਨਾ ਉਚਰਨ। ਮੈਂ ਕੱਲ੍ਹ ਬੇਨਤੀ ਕੀਤੀ ਸੀ ਕਿ ਗੁਰਦੁਆਰਾ ਵੀ ਸਾਡਾ ਸਕੂਲ ਹੈ ਅਤੇ ਸਕੂਲ ਦੇ ਵਿੱਚ ਕੱਲ੍ਹ ਪੜ੍ਹੇ ਚੈਪਟਰ ਦੀ ਰਿਵੀਜ਼ਨ ਕਰਾ ਕੇ ਫਿਰ ਅਗਲਾ ਚੈਪਟਰ ਪੜ੍ਹਾਇਆ ਜਾਂਦਾ ਹੈ। ਚੰਗਾ ਟੀਚਰ ਜੋ ਹੈ ਉਹ ਜ਼ਰੂਰ ਰਿਵੀਜ਼ਨ ਕਰਾਉਂਦਾ ਹੈ। ਕੱਲ੍ਹ ਦੀਆਂ ਬਹੁਤ ਕਮਾਲ ਦੀਆਂ ਗੱਲਾਂ ਜੋ ਸੰਗਤਾਂ ਨੇ ਫੋਨ 'ਤੇ ਵੀ ਸਾਨੂੰ ਵਾਰ ਵਾਰ ਕਹੀਆਂ ਹਨ ਕਿ ਗਿਆਨੀ ਸਾਹਿਬ ਸਿੰਘ ਜੀ ਨੇ ਇਹ ਬੜੀ ਪਿਆਰੀ ਗੱਲ ਕਹੀ ਕਿ ਦਿਨੇ ਉਹ ਕੰਮ ਨਾ ਕਰਿਓ ਕਿ ਰਾਤੀ ਨੀਂਦ ਨਾ ਆਵੇ ਅਤੇ ਰਾਤੀ ਉਹ ਕੰਮ ਨਾ ਕਰਿਓ ਕਿ ਦਿਨੇ ਸ਼ਰਮਿੰਦਾ ਹੋਵੋ। ਇਹ ਬਹੁਤ ਪਿਆਰੀ ਗੱਲ, ਸੰਗਤਾਂ ਨੇ ਵੀ ਇਹਨੂੰ ਵਾਰ ਵਾਰ ਕਿਹਾ। ਔਰ ਦੂਸਰੀ ਗੱਲ ਜੋ ਉਹਨਾਂ ਨੇ ਕਹੀ ਸੀ, ਤੁਦਨੋ ਨਿਮਨ ਮੰਨਣ ਤੇਰਾ ਨਾਉ। ਇਹ ਕਹੀਏ ਕਿ ਗੁਰਦੁਆਰੇ ਅਸੀਂ ਜਾ ਰਹੇ ਹਾਂ ਪਰ ਸਾਡੇ ਘਰ ਵਿੱਚ ਸ਼ਾਂਤੀ ਨਹੀਂ, ਇਹਦਾ ਮਤਲਬ ਗੁਰਦੁਆਰੇ ਕੇਵਲ ਮੱਥਾ ਟੇਕ ਰਹੇ ਹਾਂ ਅਤੇ ਮੱਥਾ ਟੇਕਣ ਦਾ ਅਸਲ ਮਤਲਬ ਹੈ ਤੁਦਨੋ ਨਿਮਨ। ਨਿਮਨ ਦਾ ਕੀ ਮਤਲਬ ਹੈ? ਮੰਨਣ ਤੇਰਾ ਨਾਉ। ਜੇ ਅਸੀਂ ਤੇਰਾ ਨਾਮ ਨਹੀਂ ਮੰਨ ਰਹੇ ਫਿਰ ਸਮਝੋ ਅਸੀਂ ਨਿਮ ਵੀ ਨਹੀਂ ਰਹੇ, ਮੱਥਾ ਵੀ ਨਹੀਂ ਟੇਕ ਰਹੇ। ਇੱਕ ਉਹਨਾਂ ਨੇ ਬੜੀ ਪਿਆਰੀ ਗੱਲ, ਦੋ ਫੁਰਮਾਨ ਦਿੱਤੇ ਸੀ ਕਿ ਘਰਾਂ ਵਿੱਚ ਸੁੱਖ ਸ਼ਾਂਤੀ ਤਾਂ ਹੋਏਗੀ ਜੇ ਮਿੱਠੇ ਬੋਲ ਬੋਲਾਂਗੇ। ਗੰਡ ਪ੍ਰੀਤੀ ਮਿੱਠੇ ਬੋਲ, ਸਾਨੂੰ ਤੁਰਦੇ ਫਿਰਦੇ ਇਹ ਫੁਰਮਾਨ ਕੰਠ ਵੀ ਹੋਣੇ ਚਾਹੀਦੇ ਨੇ ਅਤੇ ਵਾਰ ਵਾਰ ਆਪਣੇ ਮਨ ਨੂੰ ਪ੍ਰੇਰਨਾ ਕਰਨੀ ਚਾਹੀਦੀ ਹੈ ਕਿ ਮੈਂ ਮਿੱਠੇ ਬੋਲ ਬੋਲਣਾ, ਮੇਰਾ ਸਾਹਿਬ ਮਿੱਠ ਬੋਲਣਾ ਹੈ ਅਤੇ ਉਹਦਾ ਸੇਵਕ ਹੋ ਕੇ ਮੈਂ ਵੀ ਮਿੱਠੇ ਬੋਲ ਬੋਲਣੇ ਨੇ ਅਤੇ ਜੇ ਕੋਈ ਗੁੱਸਾ ਦਿਵਾਏ ਤਾਂ ਸਮਝੋ ਮੇਰਾ ਟੈਸਟ ਲੈ ਰਿਹਾ। ਪਰ ਨਾਲ ਹੀ ਉਹਨਾਂ ਨੇ ਗਈ ਸੀ ਗੱਲ ਕਹੀ ਸੀ ਬਾਣੀ ਦਾ ਫੁਰਮਾਨ, ਟੁੱਟ ਪ੍ਰੀਤ ਗਈ ਬੁਰ ਬੋਲ। ਬੁਰੇ ਬੋਲ ਬੋਲਣ ਨਾਲ ਸਾਡੀ ਜਿਹੜੀ ਪ੍ਰੀਤ ਹੈ ਉਹ ਟੁੱਟ ਜਾਂਦੀ ਹੈ।
ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਸਵਾਲਾਂ ਜਵਾਬਾਂ ਦੇ ਸੈਸ਼ਨ ਹੋਣੇ ਨੇ। ਕੱਲ ਤੱਕ ਸਾਡੇ ਕੋਲ 19 ਸਵਾਲ ਸੀ, ਅੱਜ ਸਵਾਲਾਂ ਦੀ ਗਿਣਤੀ ਬਹੁਤ ਵੱਧ ਗਈ ਹੈ। ਕੁਝ ਸਵਾਲ ਰਲਦੇ ਮਿਲਦੇ ਨੇ, ਅਸੀਂ ਉਹਨਾਂ ਦਾ ਇਕੱਠੇ ਜਵਾਬ ਦੇਣ ਦਾ ਯਤਨ ਕਰਾਂਗੇ। ਇੱਕ ਮੈਂ ਬੇਨਤੀ ਕਰਾਂਗਾ, ਕੱਲ ਸਾਡੇ ਕੋਲ ਇਹ ਗਲਤੀ ਹੋ ਗਈ, ਕੇਵਲ ਜੋ ਇਸ਼ਤਿਹਾਰਾਂ 'ਤੇ ਫੋਨ ਸੀਗਾ, ਜਿਨ੍ਹਾਂ ਤੱਕ ਇਸ਼ਤਿਹਾਰ ਪਹੁੰਚੇ ਸੀ ਉਹੀ ਫੋਨ ਕਰ ਸਕੇ, ਅਤੇ ਸੰਗਤ ਨੇ ਜਿਹੜੇ ਬਾਅਦ 'ਚੋਂ ਫੋਨ ਕੀਤੇ ਕਿ ਸਾਡੇ ਕੋਲ ਉਹ ਨੰਬਰ ਨਹੀਂ ਹੈ ਜਿੱਥੇ ਅਸੀਂ ਆਪਣੇ ਸੁਝਾਅ ਦੇ ਸਕੀਏ। ਸੋ ਮੈਂ ਬੇਨਤੀ ਕਰਾਂਗਾ ਸਾਰੀ ਸੰਗਤ ਨੂੰ ਜੋ ਘਰਾਂ ਵਿੱਚ ਬੈਠੇ ਹਨ, ਸਾਡਾ ਫੋਨ ਲਾਈਨ ਨੰਬਰ ਹੈ 9788 9 7 8 1 3 3 9 8 9 8। ਇਸ ਫੋਨ ਨੰਬਰ 'ਤੇ ਆਪ ਜੀ ਪੰਜਾਬ ਵਿੱਚ ਦੂਰ ਦੁਰਾਡੇ ਜਿੱਥੇ ਵੀ ਬੈਠੇ ਸਮਾਗਮ ਸਰਵਣ ਕਰ ਰਹੇ ਹੋ, ਆਪਣੇ ਸਵਾਲ ਬੋਲੋਗੇ, ਉਹ ਨਾਲ ਦੀ ਨਾਲ ਸਾਡੇ ਜਿਹੜੇ ਭੈਣ ਜੀ ਜਿਨ੍ਹਾਂ ਦੀ ਇਹ ਸੇਵਾ ਲੱਗੀ ਹੈ ਉਹ ਲਿਖ ਲਿਖ ਕੇ ਸਾਨੂੰ ਭੇਜੀ ਜਾਣਗੇ। ਜਾਂ ਆਪ ਜੀ ਕੋਈ ਸੁਝਾਅ ਦਿਓ ਕਿ ਮੈਂ ਇਸ ਤਰੀਕੇ ਨਾਲ ਆਪਣੇ ਘਰ ਦੇ ਵਿੱਚ ਸੁੱਖ ਸ਼ਾਂਤੀ ਲਿਆਂਦੀ, ਇਸ ਗੱਲ 'ਤੇ ਝਗੜਾ ਹੁੰਦਾ ਸੀ, ਅਸੀਂ ਇਸ ਤਰ੍ਹਾਂ ਸਮਝਾਇਆ, ਤਾਂ ਜੋ ਉਸ ਤੋਂ ਹੋਰ ਸੱਜਣ ਵੀ ਪ੍ਰੇਰਨਾ ਲੈ ਸਕਣ। ਔਰ ਇੱਕ ਹੋਰ ਸਾਡੇ ਕੋਲ ਕੱਲ੍ਹ ਗਲਤੀ ਹੋ ਗਈ, ਅਸੀਂ ਦੱਸ ਹੀ ਨਹੀਂ ਸਕੇ ਕਿ ਸਮਾਗਮ ਦਾ ਸਮਾਂ 8 ਤੋਂ 10 ਵਜੇ ਹੈ। ਇਸ਼ਤਿਹਾਰਾਂ ਵਿੱਚ ਲਿਖਿਆ, ਪਰ ਕਈਆਂ ਨੇ ਕਿਹਾ ਵੀ ਅਸੀਂ 9:30 ਟੀਵੀ ਲਗਾਇਆ, ਸਾਨੂੰ ਪਤਾ ਹੀ ਨਹੀਂ ਕਦੋਂ ਦਾ ਸ਼ੁਰੂ ਹੋਇਆ, ਅਸੀਂ ਅਚਾਨਕ ਦੇਖਿਆ। ਸੋ ਮੈਂ ਘਰਾਂ ਵਿੱਚ ਬੈਠੀ ਸੰਗਤ ਲਈ ਇਹ ਬੇਨਤੀ ਕਰਾਂਗਾ, ਇਸ ਸਮਾਗਮ ਦਾ ਸਮਾਂ 8 ਤੋਂ 10 ਹੈ, ਅਤੇ ਕੱਲ੍ਹ ਨੂੰ ਵੀ ਇਸੇ ਤਰ੍ਹਾਂ ਇਸੇ ਸਮੇਂ 'ਤੇ ਇਹ ਸਮਾਗਮ ਇਸੇ ਸਥਾਨ 'ਤੇ ਹੋਣਗੇ। ਸੋ ਅੱਜ ਦੇ ਸਮਾਗਮ ਦੀ ਆਰੰਭਤਾ ਕਰਦਿਆਂ, ਜਿਸ ਤਰ੍ਹਾਂ ਕੱਲ੍ਹ ਡਾਕਟਰ ਮਨਪ੍ਰੀਤ ਕੌਰ ਜੀ ਨੇ ਆਰੰਭਤਾ ਕੀਤੀ ਸੀ, ਅੱਜ ਸਾਡੇ ਵਿੱਚ ਡਾਕਟਰ ਸਰਬਜੋਤ ਕੌਰ ਜੀ, ਬਹੁਤ ਉੱਘੇ ਵਿਦਵਾਨ ਹਨ, ਸਾਬਕਾ ਮੁਖੀ ਪੰਜਾਬੀ ਵਿਭਾਗ ਗਵਰਨਮੈਂਟ ਕਾਲਜ ਫਾਰ ਵੂਮੈਨ ਲੁਧਿਆਣਾ, ਉਹ ਅੱਜ ਦੇ ਸਮਾਗਮ ਦੀ ਸ਼ੁਰੂਆਤ 'ਤੇ ਲਾਵਾਂ ਸੰਬੰਧੀ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨਗੇ। ਬਹੁਤ ਬਖਸ਼ਿਸ਼ ਵਾਲਾ ਇਹ ਪਰਿਵਾਰ, ਇਹਨਾਂ ਦੇ ਵੱਡੇ ਭੈਣ ਜੀ ਡਾਕਟਰ ਪ੍ਰਭਜੋਤ ਕੌਰ ਜੀ ਜੋ ਚੰਡੀਗੜ੍ਹ ਹੁੰਦੇ ਹਨ, ਉਹਨਾਂ ਦੀ ਪੁਸਤਕ 32 ਸੁਲੱਖਣੀ, ਉਹਦੇ ਵਿੱਚੋਂ ਵੀ ਅਸੀਂ ਅੱਜ ਅਤੇ ਕੱਲ੍ਹ ਕੁਛ ਅੰਸ਼ ਪੜ੍ਹ ਕੇ ਸੁਣਾਵਾਂਗੇ। ਔਰ ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਸਾਰੀਆਂ ਕਿਤਾਬਾਂ ਬਾਹਰ ਸਟਾਲ ਲੱਗਾ ਹੈ, ਉੱਥੇ ਮਿਲ ਰਹੀਆਂ ਹਨ। ਕੱਲ੍ਹ ਅਸੀਂ ਯਤਨ ਕਰ ਰਹੇ ਹਾਂ ਕਿ ਹੋਰ ਵੀ ਕੁਛ ਪੁਸਤਕਾਂ ਲਿਆ ਕੇ ਉਹਨਾਂ ਦਾ ਸੈੱਟ ਬਣਾ ਕੇ ਕੁਛ ਰਿਆਇਤੀ ਕੀਮਤ 'ਤੇ ਇਹ ਪੁਸਤਕਾਂ ਸੰਗਤ ਤੱਕ ਪਹੁੰਚਾ ਸਕੀਏ। ਸੋ ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਡਾਕਟਰ ਸਰਬਜੋਤ ਕੌਰ ਜੀ ਨੂੰ ਬੇਨਤੀ ਕਰਾਂਗਾ ਕਿ ਲਾਵਾਂ ਦੀ ਜੋ ਵਿਆਖਿਆ ਹੈ ਸੰਖੇਪ ਵਿੱਚ ਕਰਕੇ ਉਹ ਅੱਜ ਦੇ ਸਮਾਗਮ ਦੀ ਆਰੰਭਤਾ ਕਰਨ। ਉਪਰੰਤ ਪੈਨਲ ਚਰਚਾ ਲਈ ਸਾਡੇ ਪਾਸ ਵਿਦਵਾਨ ਪਹੁੰਚ ਗਏ ਹਨ, ਉਹ ਸਟੇਜ 'ਤੇ ਸੱਜ ਜਾਣਗੇ ਅਤੇ ਅਸੀਂ ਆਪ ਜੀ ਦੇ ਸਵਾਲਾਂ ਦੇ ਜਵਾਬ ਲੱਭਣ ਦਾ ਗੁਰਮਤ ਅਨੁਸਾਰ ਯਤਨ ਕਰਾਂਗੇ। ਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਖਾਲਸਾ ਜੀ, ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 3 ਰੋਜ਼ਾ ਸਮਾਗਮ ਜੋ ਇੱਕ ਆਨੰਦਮਈ ਪਰਿਵਾਰਕ ਜੀਵਨ ਨੂੰ ਸਾਹਮਣੇ ਰੱਖ ਕੇ ਕਿ ਐਸਾ ਜੀਵਨ ਕਿਵੇਂ ਬਣੇ, ਜੋ ਇਹ ਪ੍ਰੋਗਰਾਮ ਉਲੀਕਿਆ ਗਿਆ ਹੈ, ਇਸ ਪ੍ਰੋਗਰਾਮ ਨੂੰ ਉਲੀਕਣ ਦੀ ਲੋੜ ਸ਼ਾਇਦ ਇਸ ਕਰਕੇ ਪਈ ਕਿ ਸਾਨੂੰ ਅੱਜ ਬਹੁਤ ਸਾਰੇ ਪਰਿਵਾਰ ਐਸੇ ਨਜ਼ਰ ਆਉਂਦੇ ਨੇ ਜਿਨ੍ਹਾਂ ਦਾ ਜੀਵਨ ਆਨੰਦਮਈ ਨਹੀਂ ਹੈ। ਅਤੇ ਇਹ ਵੀ ਮਹਿਸੂਸ ਕੀਤਾ ਜਾ ਰਿਹਾ ਵੇ ਕਿ ਐਸਾ ਕਿਉਂ ਹੈ। ਸੋ ਇਸ ਚੀਜ਼ ਨੂੰ ਸਾਹਮਣੇ ਰੱਖਦਿਆਂ ਹੋਇਆਂ ਜੋ ਪ੍ਰਬੰਧਕਾਂ ਵੱਲੋਂ ਮੈਨੂੰ ਹੁਕਮ ਹੋਇਆ ਕਿ ਲਾਵਾਂ ਦੇ ਵਿੱਚ ਇੱਕ ਸੁਖੀ ਗ੍ਰਹਿਸਥ ਜੀਵਨ ਦੀ ਗੱਲ ਕੀ ਕੀਤੀ ਗਈ ਹੈ ਅਤੇ ਇੱਕ ਸੁਖੀ ਗ੍ਰਹਿਸਥ ਜੀਵਨ ਕਿਵੇਂ ਹੋ ਸਕਦਾ ਵੇ, ਇਸ ਨੂੰ ਕੁਝ ਸਮੇਂ ਦੇ ਲਈ ਆਪਾਂ ਸਾਰੇ ਰਲ ਕੇ ਇੱਥੇ ਵਿਚਾਰੀਏ। ਲਾਵਾਂ ਦੀ ਬਾਣੀ ਦੀ ਗੱਲ ਕਰਨ ਤੋਂ ਪਹਿਲਾਂ ਮੈਂ ਕੁਛ ਗੱਲਾਂ ਆਪ ਜੀ ਸਾਰਿਆਂ ਨਾਲ ਸਾਂਝੀਆਂ ਕਰਨੀਆਂ ਚਾਹਾਂਗੀ। ਸਭ ਤੋਂ ਪਹਿਲੀ ਗੱਲ ਤਾਂ ਇਹ, ਕੱਲ੍ਹ ਵੀਰ ਜੀ ਸਰਬਜੀਤ ਸਿੰਘ ਜੀ ਨੇ ਵੀ ਕਿਹਾ ਸੀ ਕਿ ਸਿੱਖ ਧਰਮ ਦੇ ਵਿੱਚ ਗ੍ਰਹਿਸਥ ਆਸ਼ਰਮ ਨਹੀਂ ਹੈ, ਇਹ ਕੀ ਹੈ, ਇਹ ਧਰਮ ਹੈ। ਐਸਾ ਧਰਮ ਜਿਸ ਦੇ ਵਿੱਚ ਅਰਧ ਸਰੀਰੀ
इसत्री मोख द्वारी इसत्री दी गल कीती गई है। आनंद कारज जिस वेले हुंदा है उस वेले लड़का ते लड़की बच्चा ते बच्ची दोनों गुरु साहब की हजूरी विच आके बैठते ने। आनंद कारज की आरंभता हुंदी है, लावां दा पाठ किया जाता है, लावां दा कीर्तन किया जाता है, साहिब से गुरु ग्रंथ साहिब जी की परिक्रमा लई जाती है। एक गल मैं इत्थे दसना चाहवांगी अपनी गल शुरू करन तो पहला कि गुरबाणी का जो भी संदेश है, मैं सिर्फ लावां की गल नहीं करती पई, लावां की पर्टिकुलरली अज के दिन वास्ते ओ मर्द ते इस्त्री दोहां वास्ते सन जावे। ये गल मैनू इत्थे इस करके कहनी पै रही है क्योंकि समाज विच विचरदियां कुछ को बहुत गुरसिख कहे जाते परिवारों की यह समस्या सामने आई कि मर्द एग्जैम्पल्स देता वे कि गुरबाणी विच औरत नो मर्द के अधीन रहन का सिंबल वरत्या गया है, इस करके औरत मर्द के अधीन रवे। ये बड़े गुरसिख परिवारों के विच भी यह समस्या सामने आई, इस करके मैं इत्थे स्पष्ट करना चाहती हाँ कि लावां बाणी दा ही जो भी उपदेश सानूं दिता गया है ये मर्द ते औरत दोहां लई समझ आए, क्योंकि कल भी भाई साहब जी ने गल की सी कि इस संस दुनिया दे विच मर्द केवल इको है। वो कौन है? वो प्रभु। होर सगली नार सबाई, असी इत्थे जिन्ने भी बैठे हाँ असी मर्द या औरत दे कपड़े तो पहने हुए ने, बाहरी तौर पर सानू एक अलग स्वरूप नजर आता पे आवे, लेकिन असी हाँ सारिया नारियां स्त्रियां वां। सो जो उपदेश दिता गया है वह केवल दुनियावी तौर पर नजर आती स्त्री नहीं दिता गया, सगों साडे सारिया वास्ते सांझा है। ये फर्क की है कि परमात्मा सिर्फ मर्द है क्योंकि परमात्मा अभुल है, क्योंकि इत्थे जदों कहा जाता है कि असीं परमात्मा दे हुकम विच रहना है, परमात्मा अभुल है, पर दुनियावी तौर पर नजर आने वाला मर्द अभुल नहीं। परमात्मा मर्द सानू देंदा ही देंदा है, पर दुनियावी मर्द ने लेना है। सो कभी भी आपां ये भुल ना करिए। मैनू इस गल उत्ते जोर दे के मैं अपनी गल आरंभन तो पहला इस गल नू विशेष तौर पर आप जी के सामने रखिया है, क्योंकि कुछ घरां दीआं समस्यावां साडे सामने ऐसियां आईआं जिथे के गुरसिख कहे जांदे परिवार गुरबाणी दीआं उदाहरणां तुकां दे के वर्त के एग्जैम्पल्स दे के इसत्री नू अपने अधीन रहन दे लई कह रहे सन कि इसत्री मर्द दे हुकम विच रवे, हुकम विच रहना है, मनना में एक दू पर दोनों ने एक दूजे का मनना में। इस करके लावां दे विच जो सानू संदेश दिता गया है वो स्त्री ते मर्द दोहां वास्ते सांझा है। मैं हुणे गल कीती कि जदों लावां दा कीर्तन हो रहा हुंदा है ते बच्चा ते बच्ची परिक्रमा करदे, उस परिक्रमा करन दा की अर्थ है? परिक्रमा करन दा अर्थ है कि जिन्हें भी कदम असी जिंदगी दा पाए कि कदम लैके परिक्रमा करते हैं, असी जिंदगी दे जिन्हें भी कदम पुट्टांगे भाव की है जिन्हें भी कदम करांगे ओ असी गुरु ग्रंथ साहिब जी दी बाणी दे मुताबक, जो सानू गुरु ग्रंथ साहिब दी बाणी संदेश देंदी है साडा हर कदम ओदे मुताबक होएगा, क्योंकि दुनिया के कदम सानू करने पैने ही नहीं, कदम तो बिना साड़ी जिंदगी संभव नहीं, तो साड़ा हर कदम किदे मुताबक होएगा? गुरु ग्रंथ साहिब जी की बाणी के मुताबक जो संदेश है सानू देंदी है। दूजी गल कि जो परिक्रमा की जाती है तो गुरु ग्रंथ साहिब जी के स्वरूप नू सज्जे हाथ रखा जाता है, वह सज्जे हाथ रखन का परपज सिर्फ ते सिर्फ सत्कार वजो है, क्योंकि सज्जा हाथ असी किसी ने भी कहना हो असी कहने वो साड़ी सज्जी बाह है, असी खब्बी बाह नहीं कहते। खब्बा जिहड़ा वर्ड है ना ये लैफ्टिस्ट ये ओपोजिशन वास्ते वरत्या जाता है। सो सज्जे हाथ असी सत्कार वजो परिक्रमा करते हाँ, परमात्मा साड़ी सहायता हर वेले करेगा। तो एक गल होर कि जदों भी
लावां दा पाठ सुनना है, बच्चे ते बच्ची ने रहत मर्यादा दे अनुसार खड़े होके सुनना है। क्यों? क्योंकि गुरु दा हुकम है। आम करके असीं देखते हैं कि आनंद कारज उत्ते जदों पाठ पढ़िया जांदा है, गुरु ग्रंथ साहिब विचों कीता जांदा है, ते बच्चा ते बच्ची बैठ जांदे ने। जदों फिर कीर्तन हुंदा है वह खड़े हुंदे ने मत्था टेक के, ते फिर परिक्रमा करदे ने, पर रहत मर्यादा दे मुताबक बच्चा ते बच्ची नूं खड़े होके पाठ सुना चाहिदा है। अगली गल जिहड़ी मैं इक कहन लगी हाँ लावां दी व्याख्या करन तों पहलां, कि इह जिहड़ा साडा गृहस्थ जीवन है ना, इट इज मैं एक तुलना देंदी हाँ कि इट इज अ लैबोरेटरी। लैबोरेटरी विच असीं की करदे हाँ? एक्सपैरीमेंट करदे हाँ। कल ज्ञानी साहब सिंह जी ने एक गल कीती सी, इश्क मजाजी ते इश्क हकीकी दी, दुनियावी प्यार ते रब नाल प्यार। एक गल सानू बड़े स्पष्ट शब्दों में समझ लेनी चाहिदी है कि जेड़े गुण जेड़िया चीजा सानू इश्क मजाजी इश्क दुनियावी लई चाहिदियां ने ना, उही सारे सानू गुण किहदे वास्ते चाहिदे ने? इश्क हकीकी वास्ते। परमात्मा दे दर ते पहुंचण लई जिहड़े गुणां दी सानू लोड़ है, उही गुण सानू कित्थे चाहिदे ने? अपना संसारक जीवन जीवन वास्ते। सो गृहस्थ जीवन दे विच असी एक्सपैरिमेंट ए करना है, असी आपस विच मिलजुल के किवें रहना वे, असी एक जोत दोए मूर्ति किवें होना है। जे हसबेंड एंड वाइफ एक जोत दोए मूर्ति दी अवस्था ते पहुंच जाणगे, तां परमात्मा दी ज्योति जोत रली वाली अवस्था तक पहुंचना उन्हां नूं औखा नहीं होवेगा। इट इज अ प्रिपरेशन, ਇਹ ਸਾਨੂੰ ਇੱਕ ਤਿਆਰੀ ਕਰਵਾਈ ਜਾ ਰਹੀ ਹੈ। ਜਿੱਥੇ ਸਾਡੇ ਅੰਦਰ ਕਮੀ ਰਹਿੰਦੀ ਹੈ ਹਸਬੈਂਡ ਵਾਈਫ ਦੀ ਆਪਸੀ ਐਡਜਸਟਮੈਂਟ ਦੇ ਵਿੱਚ, ਉਸ ਐਡਜਸਟਮੈਂਟ ਨੂੰ ਅਸੀਂ ਕਿਵੇਂ ਕਰਨਾ ਹੈ, ਕਿੱਥੇ ਕਿੱਥੇ ਕਮੀ ਰਹੀ ਹੈ, ਕਿਹੜੇ ਕਿਹੜੇ ਸਾਡੇ ਅੰਦਰ ਕਮਜ਼ੋਰੀਆਂ ਰਹੀਆਂ ਨੇ, ਉਹਨਾਂ ਕਮਜ਼ੋਰੀਆਂ ਨੂੰ ਦੂਰ ਕਰ ਲਵਾਂਗੇ, ਸਾਡੀ ਆਪਸੀ ਏਕਤਾ ਹੋ ਜਾਏਗੀ, ਤਾਂ ਫਿਰ ਪਰਮ ਆਤਮਾ ਦੇ ਨਾਲ ਏਕਤਾ ਹੋਣੀ ਸੌਖੀ ਹੋ ਜਾਏਗੀ। ਸੋ ਇਟ ਇਜ਼ ਅ ਵੇ, ਇਹ ਸਾਡੇ ਰਸਤੇ ਦੇ ਵਿੱਚ ਸਾਨੂੰ ਇੱਕ ਤਿਆਰੀ ਦੀ ਜਗ੍ਹਾ ਦਿੱਤੀ ਗਈ ਹੈ, ਇੱਕ ਪ੍ਰਯੋਗ ਕਰਨ ਦੀ ਜਗ੍ਹਾ ਦਿੱਤੀ ਗਈ ਹੈ ਕਿ ਅਸੀਂ ਰਲ ਕੇ ਕਿਵੇਂ ਇਕੱਠੇ ਰਹਿਣਾ ਹੈ। ਤੇ ਕਈ ਵਾਰੀ ਅਸੀਂ ਦੇਖਦੇ ਹਾਂ ਕਿ ਐਕਸਪੈਰੀਮੈਂਟ ਕਰਦੇ ਹਾਂ, ਸਾਡੇ ਕੋਲੋਂ ਗਲਤੀਆਂ ਵੀ ਹੋ ਜਾਂਦੀਆਂ ਨੇ। ਗਲਤੀਆਂ ਮੀਨਸ ਆਪਸ ਵਿੱਚ ਐਡਜਸਟਮੈਂਟ ਵਿੱਚ ਕਿਸੇ ਵੇਲੇ ਪ੍ਰੋਬਲਮ ਵੀ ਆਉਂਦੀ ਹੈ, ਪਰ ਉਸਦਾ ਅਸੀਂ ਕੀ ਕਰਨਾ ਹੈ ਕਿ ਉਸ ਪ੍ਰੋਬਲਮ ਨੂੰ ਠੀਕ ਕਰਨਾ ਹੈ। ਇਹ ਨਹੀਂ ਕਰਨਾ ਕਿ ਉਸ ਪ੍ਰੋਬਲਮ ਨੂੰ ਪਾਸੇ ਰੱਖ ਕੇ ਅਸੀਂ ਨਵਾਂ ਐਕਸਪੈਰੀਮੈਂਟ ਸ਼ੁਰੂ ਕਰ ਦਈਏ। ਉਸ ਐਕਸਪੈਰੀਮੈਂਟ ਦੇ ਵਿੱਚ ਫਿਰ ਅਸੀਂ ਮਾਲ ਖਾਵਾਂਗੇ, ਕਿਉਂਕਿ ਸਾਨੂੰ ਪਿਛਲੇ ਐਕਸਪੈਰੀਮੈਂਟ ਦੀ ਗਲਤੀ ਤਾਂ ਠੀਕ ਕਰਨ ਦਾ ਅਸੀਂ ਜਾਂਚ ਹੀ ਨਹੀਂ ਸਿੱਖੀ। ਸੋ ਇਸ ਕਰਕੇ ਇਸ ਗ੍ਰਸਤ ਜੀਵਨ ਦੇ ਵਿੱਚ ਅਸੀਂ ਆਪਣੀਆਂ ਕਮਜ਼ੋਰੀਆਂ ਨੂੰ ਦੂਰ ਕਰਕੇ ਰਲ ਮਿਲ ਕੇ ਅਸੀਂ ਆਪਣੇ ਆਪ ਨੂੰ ਉਸ ਪਰਮਾਤਮਾ ਦੇ ਨਾਲ ਏਕ ਜੋਤ ਦੋਏ ਮੂਰਤੀ ਵਾਲੀ ਅਵਸਥਾ ਤੱਕ ਪਹੁੰਚਾਉਣਾ ਹੈ। ਇਹ ਮੈਂ ਥੋੜੀਆਂ ਜਿਹੀਆਂ ਮੁੱਢਲੀਆਂ ਬੇਨਤੀਆਂ ਆਪ ਜੀ ਨੂੰ ਕਰਨੀਆਂ ਸਨ, ਕਿਉਂਕਿ ਜਦੋਂ ਅਸੀਂ ਲਾਵਾਂ ਦੀ ਵਿਆਖਿਆ ਕਰਾਂਗੇ ਤਾਂ ਉਸ ਦੇ ਵਿੱਚ ਸਾਨੂੰ ਇਹਨਾਂ ਗੱਲਾਂ ਨੂੰ ਸਾਹਮਣੇ ਰੱਖਣਾ ਬੜਾ ਜ਼ਰੂਰੀ ਹੋਵੇਗਾ। ਮੈਂ ਸਿਰਫ 5-7 ਮਿੰਟ ਦੇ ਵਿੱਚ ਇੱਕ ਇੱਕ ਨੁਕਤਾ ਲੈ ਕੇ ਇੱਕ ਇੱਕ ਲਾਮ ਦੀ ਗੱਲ ਕਰਕੇ ਅਤੇ ਫਿਰ ਅਖੀਰ 'ਤੇ ਜਾ ਕੇ ਸਮੁੱਚਾ ਭਾਵ ਤੁਹਾਨੂੰ ਦੱਸਾਂਗੀ। ਪਹਿਲੀ ਲਾਮ ਦੀ ਗੱਲ ਆ ਜਾਂਦੀ ਹੈ ਕਿ ਪ੍ਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀ। ਪ੍ਰਵਿਰਤੀ ਤੇ ਨਿਵਿਰਤੀ ਇਹ ਦੋ ਚੀਜ਼ਾਂ ਨੇ। ਪ੍ਰਵਿਰਤ ਹੈ ਕਿ ਅਸੀਂ ਦੁਨੀਆਂ ਦੇ ਸਾਰੇ ਕਾਰ ਵਿਹਾਰ ਕਰਦਿਆਂ ਹੋਇਆਂ ਇਸ ਦੁਨੀਆਂ ਦੀ ਦੇ ਲੇਪ ਤੋਂ ਨਿਰਲੇਪ ਰਹਿਣਾ ਹੈ, ਉਹਨੂੰ ਨਿਵਿਰਤੀ ਕਹਿ। ਸਾਨੂੰ ਸਮਝ ਆਉਣੀ ਚਾਹੀਦੀ ਹੈ ਕਿ ਪ੍ਰਵਿਰਤ ਦੇ ਵਿੱਚ ਵੀ ਅਸੀਂ ਨਿਵਿਰਤ ਕਿਵੇਂ ਹੋਣਾ ਹੈ। ਸੰਨਿਆਸੀ ਲੋਕ ਚਲੇ ਜਾਂਦੇ ਨੇ ਜੰਗਲਾਂ ਦੇ ਵਿੱਚ, ਅਸੀਂ ਦੁਨੀਆਂ ਛੱਡ ਦਿੱਤੀ, ਪਰ ਗੁਰੂ ਸਾਹਿਬ ਨੇ ਸਾਨੂੰ ਕੀ ਕਿਹਾ ਵੇ ਕਿ ਅਸੀਂ ਪ੍ਰਵਿਰਤ ਦੁਨੀਆਂ ਦੇ ਵਿੱਚ ਰਹਿੰਦਿਆਂ ਹੋਇਆਂ ਗ੍ਰਸਥ ਜੀਵਨ ਭੋਗਦਿਆਂ ਹੋਇਆਂ ਅਸੀਂ ਕਦਮ ਕਰਨੇ ਨੇ। ਇਸ ਲਾਮ ਦੇ ਵਿੱਚ ਸਾਨੂੰ ਦੋ ਗੱਲਾਂ ਉੱਤੇ ਜ਼ੋਰ ਦਿੱਤਾ ਗਿਆ ਹੈ। ਪਹਿਲੀ ਗੱਲ ਤਾਂ ਇਹ ਕਿ ਹਾਲਾਤ ਕੁਝ ਵੀ ਹੋਣ, ਸਮੱਸਿਆਵਾਂ ਰਸਤੇ ਵਿੱਚ ਆਉਂਦੀਆਂ ਰਹਿਣ, ਪਰ ਅਸੀਂ ਕਦਮ ਕਰਦੇ ਰਹਿਣਾ ਹੈ। ਪ੍ਰਵਿਰਤੀ ਕਦਮ ਉੱਤੇ ਜ਼ੋਰ ਦਿੱਤਾ ਹੈ। ਉਹ ਕਦਮ ਸਾਡੇ ਕਿਹੜੇ ਹੋਣ? ਆਪਸੀ ਏਕੇ ਦੇ, ਇੱਕ ਦੂਜੇ ਦੇ ਸਤਿਕਾਰ ਦੇ। ਤੇ ਦੂਜੀ ਗੱਲ ਜਿਹੜੀ ਦੱਸੀ ਗਈ ਹੈ ਉਹ ਵੇ ਕੇ ਧਰਮ ਦ੍ਰਿੜੋ ਤੇ ਪਾਪ ਤਜਾਓ। ਹੁਣ ਧਰਮ ਕੀ ਹੈ? ਕੱਲ ਵੀ ਭਾਈ ਸਾਹਿਬ ਨੇ ਥੋੜੀ ਜਿਹੀ ਹਿੰਟ ਦਿੱਤਾ ਸੀ ਕਿ ਜਦੋਂ ਅਸੀਂ ਆਪਣੇ ਯੋਗ ਫਰਜ਼ ਦੀ ਅਦਾਇਗੀ ਕਰਦੇ ਹਾਂ, ਪਾਲਣਾ ਕਰਦੇ ਹਾਂ, ਤਾਂ ਉਹ ਕੀ ਹੈ? ਧਰਮ।
ਸਾਡਾ ਮਾਤਾ ਪਿਤਾ ਪ੍ਰਤੀ ਕੀ ਫਰਜ਼ ਹੈ, ਆਂਢ ਗੁਆਂਢ ਪ੍ਰਤੀ ਕੀ ਫਰਜ਼ ਹੈ, ਜਿੱਥੇ ਡਿਊਟੀ ਕਰਦੇ ਹਾਂ, ਜਦੋਂ ਇਹ ਸਾਰੇ ਫਰਜ਼ਾਂ ਦੀ ਅਸੀਂ ਪਹਿਚਾਣ ਕਰ ਲੈਂਦੇ ਹਾਂ ਤਾਂ ਸਮਝੋ ਅਸੀਂ ਧਰਮ ਨੂੰ ਦ੍ਰਿੜ ਕਰ ਲਿਆ ਹੈ। ਜਿਸ ਵੇਲੇ ਧਰਮ ਨੂੰ ਦ੍ਰਿੜ ਕਰ ਲਵਾਂਗੇ ਤੇ ਉਸ ਵੇਲੇ ਪਾਪ ਯਾਨੀ ਮੰਦ ਕਰਮ ਅਧਰਮ ਆਪਣੇ ਆਪ ਮਿੱਟ ਜਾਵੇਗਾ ਤੇ ਧਰਮ ਨਿਭੇਗਾ। ਤਦ ਇਸੇ ਲਾਮ ਦੇ ਵਿੱਚ ਮੈਂ ਸਾਰੀਆਂ ਲਾਵਾਂ ਦਾ ਪਾਠ ਨਹੀਂ ਕਰਾਂਗੀ। ਜੇ ਸਾਨੂੰ ਹਰ ਹਰ ਮਿੱਠਾ ਲੱਗੇ, ਜੇ ਸਾਨੂੰ ਹਰੀ ਦਾ ਨਾਮ ਮਿੱਠਾ ਲੱਗਦਾ ਹੈ ਤੇ ਹਰੀ ਦਾ ਨਾਮ ਮਿੱਠਾ ਕਿਵੇਂ ਲੱਗੇਗਾ? ਸਿਮਰਨ ਦੁਆਰਾ। ਸੋ ਪਹਿਲੀ ਲਾਮ ਦੇ ਵਿੱਚ ਸਾਨੂੰ ਗੱਲ ਕੀ ਕਹੀ ਗਈ ਹੈ ਕਿ ਹਾਲਾਤ ਕੁਝ ਵੀ ਹੋਣ ਅਸੀਂ ਕਰਮ ਕਰਦੇ ਰਹਿਣਾ ਹੈ। ਰਸਤੇ ਦੀਆਂ ਔਕੜਾਂ ਜਿੰਨੀਆਂ ਮਰਜ਼ੀ ਹੋਣ ਅਸੀਂ ਅੱਗੇ ਵਧਣ ਤੋਂ ਪਿੱਛੇ ਨਹੀਂ ਹਟਣਾ। ਧਰਮ ਦੀ ਪਾਲਣਾ ਕਰਨੀ ਹੈ। ਧਰਮ ਕੀ ਹੈ? ਫਰਜ਼। ਫਰਜ਼ਾਂ ਦੀ ਅਦਾਇਗੀ ਕਰਾਂਗੇ ਤਾਂ ਅਧਰਮ ਪਾਪ ਤੋਂ ਆਪੇ ਛੁਟਕਾਰਾ ਹੋ ਜਾਏਗਾ। ਪਰ ਧਰਮ ਨਿਭੇਗਾ ਤਦ ਜੇ ਸਾਨੂੰ ਹਰੀ ਮਿੱਠਾ ਲੱਗੇਗਾ ਤੇ ਹਰੀ ਮਿੱਠਾ ਲੱਗੇਗਾ ਸਿਮਰਨ ਦੇ ਦੁਆਰਾ। ਸੋ ਪਹਿਲੀ ਲਾਮ ਦੀ ਬਰੀਫ ਜਿਹੀ ਮੈਂ ਤੁਹਾਨੂੰ ਭਾਵ ਅਰਥ ਦੱਸਿਆ ਕਿ ਪਹਿਲੀ ਲਾਮ ਦੇ ਵਿੱਚ ਗੱਲ ਇਹ ਕੀਤੀ ਗਈ ਹੈ ਕਿ ਸਿਮਰਨ ਦੁਆਰਾ ਅਸੀਂ ਜਦੋਂ ਹਰੀ ਨਾਲ ਜੁੜ ਜਾਵਾਂਗੇ ਅਸੀਂ ਧਰਮ ਵੀ ਨਿਭਾ ਸਕਾਂਗੇ ਤੇ ਅਸੀਂ ਕਰਮ ਵੀ ਕਰ ਸਕਾਂਗੇ। ਦੂਜੀ ਲਾਮ ਦੇ ਵਿੱਚ ਗੱਲ ਕੀਤੀ ਗਈ ਹੈ ਕਿ ਦੰਪਤੀ ਜੀਵਨ ਦੀ ਸਫਲਤਾ ਦਾ ਆਧਾਰ ਜਿਹੜਾ ਹੈ ਨਾ ਨਿਰਭਉ ਭਏ, ਗੱਲ ਆਉਂਦੀ ਹੈ ਗੁਰਚਰਨੀ ਲਾਗੇ, ਤੇ ਦੂਜੀ ਗੱਲ ਕਿਹੜੀ ਆਉਂਦੀ ਹੈ? ਨਿਰਭਉ ਨਿਰਮਲ ਭਉ ਦੀ ਗੱਲ। ਦੋ ਗੱਲਾਂ ਉਹਦੇ ਵਿੱਚ ਆਉਂਦੀਆਂ ਨੇ। ਪਹਿਲੀ ਗੱਲ ਨਿਰਭਉ ਭਉ, ਹੁਣ ਸਾਨੂੰ ਸਮਝਣ ਦੀ ਲੋੜ ਹੈ, ਨਿਰਭਉ ਤੇ ਭਉ ਦੋਨੋਂ ਚੀਜ਼ਾਂ ਇਕੱਠੀਆਂ ਆ ਗਈਆਂ। ਪਰਮਾਤਮਾ ਨਿਰਭਉ ਵੇ, ਜਿਸ ਵੇਲੇ ਅਸੀਂ ਉਹਦੇ ਨਾਲ ਜੁੜ ਜਾਵਾਂਗੇ ਤਾਂ ਅਸੀਂ ਵੀ ਨਿਰਭਉ ਹੋ ਜਾਵਾਂਗੇ, ਸਾਨੂੰ ਦੁਨੀਆਂ ਦਾ ਡਰ ਨਹੀਂ ਰਹੇਗਾ ਕਿਉਂਕਿ ਅਸੀਂ ਕੋਈ ਗਲਤ ਕੰਮ ਕਰਾਂਗੇ ਹੀ ਨਹੀਂ। ਪਰ ਸਾਡੇ ਅੰਦਰ ਫਿਰ ਵੀ ਭਉ ਹੋਵੇਗਾ। ਉਹ ਕਿਹੜਾ ਹੋਵੇਗਾ? ਪਰਮਾਤਮਾ ਦਾ ਭਉ, ਉਹ ਨਿਰਮਲ ਭਉ ਹੋਵੇਗਾ। ਨਿਰਮਲ ਭਉ ਦੇ ਵਿੱਚ ਸਾਨੂੰ ਇੱਕ ਦੂਜੇ ਦਾ ਡਰ ਵੀ ਹੁੰਦਾ ਤੇ ਇੱਕ ਦੂਜੇ ਦਾ ਸਤਿਕਾਰ ਵੀ ਹੁੰਦਾ, ਇੱਕ ਦੂਜੇ ਦੀ ਸ਼ਰਮ ਵੀ ਹੁੰਦੀ ਹੈ। ਸੋ ਦੰਪਤੀ ਜੀਵਨ ਵਿੱਚ ਜਿਸ ਵੇਲੇ ਇੱਕ ਦੂਜੇ ਦੀ ਸ਼ਰਮ ਹੋਵੇ, ਇੱਕ ਦੂਜੇ ਦਾ ਸਤਿਕਾਰ ਹੋਵੇ, ਜੇ ਇਹ ਸਤਿਕਾਰ ਇੱਕ ਦੂਜੇ ਲਈ ਰਹੇਗਾ ਤਾਂ ਕੀ ਹੋਏਗਾ? ਸਾਡਾ ਹਰ ਜੀਵ ਵਾਸਤੇ ਸਤਿਕਾਰ ਹੋ ਜਾਵੇਗਾ। ਸਾਨੂੰ ਸਤਿਕਾਰ ਦੀ, ਪਿਆਰ ਦੀ, ਨਿਰਮਲ ਭਉ ਦੀ ਇੱਕ ਆਦਤ ਜਿਹੀ ਪੈ ਜਾਵੇਗੀ। ਪਰ ਇਹ ਹੋਏਗੀ, ਇਹ ਪਏਗੀ ਤਾਂ ਜੇ ਸਾਨੂੰ ਨਜ਼ਰ ਆਵੇਗਾ ਕਿ ਹਰ ਆਤਮ ਰਾਮ ਪਸਰਿਆ ਸਵਾਮੀ ਸਰਬ ਰਿਆ ਭਰਪੂਰੇ, ਰੱਬ ਸਾਨੂੰ ਸਾਰੇ ਪਾਸੇ ਜੇ ਨਜ਼ਰ ਆਵੇਗਾ ਨਾ ਤੇ ਸਾਡੇ ਅੰਦਰ ਨਿਰਮਲ ਭਉ ਵੀ ਆ ਜਾਏਗਾ ਤੇ ਨਿਰਭਉ ਭਉ ਵੀ ਅਸੀਂ ਹੋ ਜਾਵਾਂਗੇ। ਸੋ ਇਹ ਵਿਚਾਰ ਹੈ ਸੰਖੇਪ ਵਿੱਚ ਦੂਜੀ ਲਾਮ ਦੇ। ਤੀਜੀ ਲਾਮ ਦੇ ਵਿਚਾਰ ਵਿੱਚ ਜਿਹੜੀ ਦੋ ਸ਼ਬਦ ਸਾਡੇ ਪਾਸ ਮੁੱਖ ਤੌਰ ਤੇ ਆਉਂਦੇ ਨੇ, ਜੇ ਅਸੀਂ ਖੁਸ਼ ਜੀਵਨ ਜੀਣਾ ਚਾਹੁੰਦੇ ਹਾਂ, ਮਨ ਚਾਓ ਭਇਆ ਬੈਰਾਗੀਆ। ਹੁਣ ਚਾਓ ਵੀ ਏ ਤੇ ਬੈਰਾਗ ਵੀ ਏ। ਆਮ ਕਰਕੇ ਅਸੀਂ ਬੈਰਾਗ ਕਹਿ ਦਿੰਦੇ ਹਾਂ ਜੀ ਵਿਛੋੜਾ ਏ, ਬਿਰਹਾ ਹੈ। ਪਰ ਬੈਰਾਗ ਦਾ ਇੱਕ ਭਾਵ ਇਹ ਵੀ ਹੁੰਦਾ ਵੇ ਕਿ ਦੁਨਿਆਵੀ ਚੀਜ਼ਾਂ ਨਾਲ ਸਾਡਾ ਪ੍ਰੇਮ ਨਾ ਹੋਵੇ, ਅਸੀਂ ਵਰਤੀਏ ਪਰ ਉਹਦੇ ਮੋਹ ਵਿੱਚ ਨਾ ਫਸੀਏ। ਜਿਸ ਵੇਲੇ ਮਨੁੱਖ ਤੀਜੀ ਲਾਮ ਤੱਕ ਪਹੁੰਚਦਾ ਵੇ, ਉਸਦੀ ਅਵਸਥਾ ਉੱਥੇ ਤੱਕ ਪਹੁੰਚਦੀ ਏ, ਮਨ ਵਿੱਚ ਖੁਸ਼ੀ ਆਉਂਦੀ ਏ, ਦੁਨਿਆਵੀ ਚੀਜ਼ਾਂ ਨਾਲੋਂ ਪ੍ਰੇਮ ਉਸਦਾ ਟੁੱਟ ਜਾਂਦਾ ਹੈ ਤੇ ਉਹ ਬੈਰਾਗ ਪੈਦਾ ਕਿਹਦੇ ਵਾਸਤੇ ਹੁੰਦਾ ਵੇ? ਉਸ ਪ੍ਰਭੂ ਵਾਸਤੇ ਜਿਹਦੇ ਨਾਲ ਅਸੀਂ ਅਲਟੀਮੇਟ ਇਕਮਿਕਤਾ ਕਰਨੀ ਹੈ। ਇਹੀ ਚੀਜ਼ ਸਾਡੇ ਕਿੱਥੇ ਲਾਗੂ ਹੁੰਦੀ ਏ? ਦੁਨਿਆਵੀ ਜੀਵਨ ਵਿੱਚ। ਜਿਸ ਵੇਲੇ ਸਾਡੇ ਅੰਦਰ ਪਤੀ ਪਤਨੀ ਦਾ ਆਪਸ ਵਿੱਚ ਇੱਕ ਨਿਰਮਲ ਭਾਵ ਪੈਦਾ ਹੋ ਜਾਏਗਾ, ਮਨ ਵਿੱਚ ਫਿਰ ਚਾਓ ਆਵੇਗਾ ਤੇ ਫਿਰ ਮਨ ਵਿੱਚ ਜਦੋਂ ਚਾਓ ਆਵੇਗਾ ਪ੍ਰੇਮ ਤਾਂ ਹੋਵੇਗਾ ਪਰ ਸਾਡਾ ਉਹਦੇ ਵਿੱਚ ਅਸੀਂ ਖਚਿਤ ਨਹੀਂ ਹੋਵਾਂਗੇ। ਪਰ ਇਹ ਗੱਲ ਸਾਨੂੰ ਪਤਾ ਲੱਗਦੀ ਕਿੱਥੋਂ ਏ, ਸਮਝ ਕਿੱਥੋਂ ਆਉਂਦੀ ਏ? ਇਸ ਅਵਸਥਾ ਤੱਕ ਪਹੁੰਚਣ ਵਾਸਤੇ ਸਾਨੂੰ ਲੋੜ ਪੈਂਦੀ ਏ ਭਲੇ ਪੁਰਸ਼ਾਂ ਦੀ, ਜਿਸ ਨੂੰ ਗੁਰੂ ਸਾਹਿਬ ਨੇ ਸੰਤ ਜਨ ਕਿਹਾ ਏ। ਸੰਤ ਜਨਾ ਹਰ ਮੇਲ, ਸੰਤ ਜਨਾਂ ਨਾਲ ਮੇਲ ਹੋਏਗਾ ਤੇ ਸੰਤ ਕੌਣ ਹੈ? ਅਸੀਂ ਗੁਰਬਾਣੀ ਦੀ ਰੋਸ਼ਨੀ ਚ ਦੇਖੀਏ ਤਾਂ ਸੰਤ ਗੁਰੂ ਨੂੰ ਵੀ ਕਿਹਾ ਜਾਂਦਾ ਹੈ। ਸੋ ਗੁਰੂ ਸਾਡਾ ਕੌਣ ਹੈ? ਗੁਰਬਾਣੀ। ਗੁਰਬਾਣੀ ਦੀ ਰੋਸ਼ਨੀ ਵਿੱਚ ਜੀਵਨ ਜੀਵਾਂਗੇ ਤਾਂ ਮਨ ਵਿੱਚ ਚਾਓ ਵੀ ਆਵੇਗਾ, ਨਿਰਮਲ ਭਉ ਵੀ ਆਵੇਗਾ, ਨਿਰਭਉ ਭਉ ਵੀ ਹੋ ਜਾਵਾਂਗੇ ਤੇ ਕਰਮ ਵੀ ਚੰਗੇ ਕਰਨ ਲੱਗ ਪਵਾਂਗੇ, ਧਰਮ ਵੀ ਦ੍ਰਿੜ ਹੋ ਜਾਏਗਾ, ਪਾਪ ਵੀ ਖਤਮ ਹੋ ਜਾਣਗੇ। ਚੌਥੀ ਅਵਸਥਾ ਜਿਹੜੀ ਸਾਡੇ ਪਾਸ ਆ ਜਾਂਦੀ ਹੈ ਚੌਥੀ ਲਾਮ ਦੇ ਵਿੱਚ, ਉਹਦੇ ਵਿੱਚ
ਕਿਹੜੀ ਚੀਜ਼ ਸਾਹਮਣੇ ਆਉਂਦੀ ਹੈ? ਸਹਿਜ ਦੀ, ਮਨ ਸਹਿਜ ਭਇਆ। ਸਹਿਜ ਦਾ ਮਤਲਬ ਕੀ ਹੁੰਦਾ ਹੈ? ਕਿ ਸਾਡਾ ਜੀਵਨ ਉਲਾਵ ਨਾ ਹੋਵੇ, ਇੱਕ ਪਾਸੇ ਨਾ ਹੋਵੇ, ਕਿ ਕਦੀ ਤਾਂ ਅਸੀਂ ਬਹੁਤ ਜ਼ਿਆਦਾ ਜਜ਼ਬਾਤੀ ਹੋ ਜਾਈਏ, ਕਦੀ ਅਸੀਂ ਸਿਰਫ ਦਿਮਾਗ ਨਾਲ ਹੀ ਸੋਚੀਏ, ਕਦੀ ਅਸੀਂ ਕੀ ਹੋਵੇ ਕਿ ਅਸੀਂ ਇੱਕ ਪਾਸੇ ਵੱਲ ਦੀ ਗੱਲ ਕਰ ਦਈਏ, ਕਦੀ ਆਪਾਂ ਟਾਂਗੇ ਤੇ ਬਹਿੰਦੇ ਆ ਨਾ, ਜੇ ਇੱਕ ਪਾਸੇ ਭਾਰ ਜ਼ਿਆਦਾ ਹੋ ਜਾਏ ਤਾਂ ਟਾਂਗਾ ਉਲਾਦ ਹੋ ਜਾਂਦਾ ਹੈ, ਸਵਾਰੀ ਉਲਾਦ ਹੋ ਜਾਂਦੀ ਹੈ, ਚਾਹੇ ਉਹ ਸਕੂਟਰ ਹੋਵੇ ਜਾਂ ਕੋਈ ਵੀ ਹੋਵੇ। ਸਾਡਾ ਜੀਵਨ ਉਲਾਦ ਵਿੱਚ ਨਾ ਹੋਵੇ, ਅਸੀਂ ਦਿਮਾਗ ਤੋਂ ਵੀ ਕੰਮ ਲਈਏ, ਅਸੀਂ ਜਜ਼ਬਾਤ ਤੋਂ ਵੀ ਕੰਮ ਲਈਏ, ਅਸੀਂ ਮਾਨਸਿਕ ਤੌਰ 'ਤੇ ਵੀ ਅਲਰਟ ਹੋਈਏ, ਅਸੀਂ ਆਤਮਕ ਤੌਰ 'ਤੇ ਵੀ ਅਲਰਟ ਹੋਈਏ। ਇਹਨੂੰ ਅਸੀਂ ਕਹਿ ਦਿੰਦੇ ਹਾਂ ਸਹਿਜ ਦੀ ਅਵਸਥਾ। ਤੇ ਇਹ ਅਵਸਥਾ ਤਾਂ ਪੈਦਾ ਹੋਵੇਗੀ ਜੇ ਕੀ ਹੋਵੇਗਾ, ਧਨ ਹਿਰਦੇ ਨਾਮ ਵਿਗਾਸੀ। ਜੇ ਜੀਵ ਇਸਤਰੀ ਦੇ ਹਿਰਦੇ ਵਿੱਚ ਪ੍ਰਭੂ ਦਾ ਨਾਮ ਵਸ ਜਾਵੇਗਾ, ਉਹ ਪ੍ਰਭ ਅਵਿਨਾਸੀ ਦੀ ਉਸ ਨੂੰ ਪਹਿਚਾਣ ਹੋ ਜਾਵੇਗੀ, ਤੇ ਅਨ ਦਿਨ ਹਰ ਲਿਵ ਲਾਈ, ਅਨ ਦਿਨ ਹਰ ਵੇਲੇ ਦਿਨ ਰਾਤ ਅਸੀਂ ਉਸ ਪ੍ਰਭੂ ਦੇ ਨਾਲ ਸਾਡੀ ਲਿਵ ਜਿਹੜੀ ਹੈ ਉਹ ਲੱਗੀ ਰਹੇਗੀ। ਇਹ ਅਵਸਥਾ ਆਏਗੀ ਜਦੋਂ ਅਸੀਂ, ਮੈਂ ਇੱਕ ਵਾਰੀ ਸਾਰੀ ਆ ਸਿਰਫ ਇੱਕ ਸਿੰਗਲ ਸੈਂਟੈਂਸ ਦੇ ਵਿੱਚ ਇਸ ਨੂੰ ਰਿਪੀਟ ਕਰਨਾ ਚਾਹਾਂਗੀ ਕਿ ਜੇ ਅਸੀਂ ਸਹਿਜ ਵਾਲਾ ਜੀਵਨ ਜਿਉਣਾ ਚਾਹੁੰਦੇ ਹਾਂ, ਜੇ ਅਸੀਂ ਸੁਖੀ ਜੀਵਨ ਜਿਉਣਾ ਚਾਹੁੰਦੇ ਹਾਂ, ਤਾਂ ਫਿਰ ਕੀ ਹੈ ਕਿ ਇਹਦੀਆਂ ਚਾਰ ਸ਼ਰਤਾਂ ਨੇ ਜਿਹੜੀਆਂ ਸਾਨੂੰ ਪੂਰੀਆਂ ਕਰਨੀਆਂ ਪੈਣਗੀਆਂ। ਉਹਨਾਂ ਸ਼ਰਤਾਂ ਵਿੱਚ ਪਹਿਲੀ ਆ ਜਾਏਗੀ ਧਰਮ ਦ੍ਰਿੜੋ, ਦੂਜੀ ਸ਼ਰਤ ਆਵੇਗੀ ਇੱਕ ਦੂਜੇ ਦਾ ਸਤਿਕਾਰ ਨਿਰਮਲ ਭਉ, ਤੇ ਨਾਲ ਤੀਜੇ ਵਿੱਚ ਕੀ ਆ ਜਾਏਗੀ, ਜਦੋਂ ਅਸੀਂ ਮਨ ਵਿੱਚ ਚਾਹ ਪੈਦਾ ਹੋਏਗਾ ਤੇ ਦੂਜੇ ਵਾਸਤੇ ਅਸੀਂ ਕੁਰਬਾਨੀ ਵੀ ਕਰਨ ਦੇ ਲਈ ਤਿਆਰ ਹੋਵਾਂਗੇ, ਤੇ ਚੌਥੀ ਸਾਡੇ ਪਾਸ ਕਿਹੜੀ ਆ ਜਾਏਗੀ, ਸਹਿਜ ਵਿੱਚ ਰਹਿਣਾ। ਜੇ ਇਹ ਚਾਰ ਗੁਣ ਸਾਡੇ ਅੰਦਰ ਆ ਜਾਣਗੇ ਲਾਵਾਂ ਦੇ ਮੁਤਾਬਕ ਜੋ ਸਾਨੂੰ ਗੁਰੂ ਸਾਹਿਬ ਨੇ ਕਿਹਾ ਹੈ, ਤਾਂ ਸਾਡਾ ਜੀਵਨ ਸੁਖੀ ਜੀਵਨ ਹੋਏਗਾ, ਆਨੰਦਮਈ ਹੋਵੇਗਾ, ਤੇ ਫਿਰ ਸਾਨੂੰ ਕਿਧਰੇ ਇੱਧਰ ਉੱਧਰ ਭਟਕਣ ਦੀ ਲੋੜ ਨਹੀਂ ਪਏਗੀ। ਤੇ ਇੱਕ ਗੱਲ ਮੈਂ ਕਹਿ ਰਹੀ ਹਾਂ ਕਿ ਜਿਹੜੇ ਜਿਵੇਂ ਵੀਰ ਜੀ ਦੱਸ ਰਹੇ ਸਨ ਕਿ ਸਾਡੇ ਪਾਸ ਬੜੇ ਸਵਾਲ ਆਉਂਦੇ ਪਏ ਨੇ ਅੱਜ, ਜਿਹੜੇ ਸਵਾਲ ਸਾਡੇ ਪਾਸ ਆਉਂਦੇ ਪਏ ਨੇ ਸਿਰਫ ਇਸੇ ਕਰਕੇ ਆਉਂਦੇ ਪਏ ਨੇ ਕਿ ਅਸੀਂ ਲਾਵਾਂ ਦੀ ਬਾਣੀ ਦੇ ਭਾਵ ਨਹੀਂ ਸਮਝ ਸਕੇ, ਅਸੀਂ ਗੁਰਬਾਣੀ ਦੇ ਭਾਵ ਨਹੀਂ ਸਮਝ ਸਕੇ, ਉਹਦੇ ਮੁਤਾਬਕ ਜੀਵਨ ਨਹੀਂ ਜੀਉ ਸਕੇ। ਨਹੀਂ ਤੇ ਜੇ ਸਾਡੇ ਮਨ ਵਿੱਚ ਕੋਈ ਸ਼ੰਕਾ ਪੈਦਾ ਹੋਵੇ ਤੇ ਜਵਾਬ ਦੇਣ ਵਾਸਤੇ ਸਾਡੇ ਸਾਹਮਣੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪਈ ਹੈ। ਸੋ ਇੱਕ ਗੱਲ ਬੜੀ ਸਪਸ਼ਟ ਹੈ ਕਿ ਜਿਹੜਾ ਜੋੜਾ, ਜਿਹੜਾ ਬੱਚਾ ਤੇ ਬੱਚੀ, ਜਾਂ ਅਸੀਂ ਸਾਰੇ, ਅਸੀਂ ਹੁਣ ਇਸ ਅਵਸਥਾ ਵਿੱਚ ਵੀ ਪਹੁੰਚ ਕੇ ਸਾਡੀ ਕਈ ਵਾਰੀ ਆਪਸ ਦੇ ਵਿੱਚ ਪ੍ਰੋਬਲਮਸ ਕ੍ਰੀਏਟ ਹੋ ਜਾਂਦੀਆਂ ਨੇ, ਅਸੀਂ ਇੱਕ ਦੂਜੇ ਨਾਲ ਡਿਫਰ ਕਰਦੇ ਹਾਂ, ਇੱਕ ਦੂਜੇ ਨਾਲ ਨਾਰਾਜ਼ ਹੋ ਜਾਂਦੇ ਹਾਂ, ਇਹ ਨਾਰਾਜ਼ਗੀਆਂ ਸਿਰਫ ਤੇ ਸਿਰਫ ਇਸ ਕਰਕੇ ਨੇ ਕਿ ਅਸੀਂ ਆਪਣੇ ਗੁਰਬਾਣੀ ਦੇ ਜੀਵਨ ਦੇ ਅਨੁਸਾਰ ਆਪਣਾ ਜੀਵਨ ਜਿਹੜਾ ਵੇ ਉਸਨੂੰ ਨਹੀਂ ਜੀ ਰਹੇ। ਤੇ ਹੁਣੇ ਇੱਥੇ ਗੱਲ ਹੋ ਰਹੀ ਸੀ ਕਿ ਮੱਥਾ ਟੇਕਣ ਦਾ ਭਾਵ ਕੇਵਲ ਮੱਥਾ ਟੇਕਣਾ ਸਿਰ ਝੁਕਾਉਣਾ ਨਹੀਂ ਹੈ, ਉਸ ਦਾ ਹੁਕਮ ਵੀ ਮੰਨਣਾ ਵੇ। ਸੋ ਜੇ ਅਸੀਂ ਲਾਵਾਂ ਬਾਣੀ ਦੇ ਮੁਤਾਬਕ, ਜਿਹੜੀ ਕਿ ਜਿਸ ਦਿਨ ਅਸੀਂ ਇਸ ਗ੍ਰਸਥ ਜੀਵਨ ਵਿੱਚ ਪ੍ਰਵੇਸ਼ ਕਰਦੇ ਹਾਂ, ਸਾਨੂੰ ਉਸੇ ਦਿਨ ਸੁਣਾਈ ਜਾਂਦੀ ਹੈ, ਜੇ ਉਸ ਦੇ ਭਾਵ ਸਮਝ ਕੇ ਉਹਦੇ ਮੁਤਾਬਕ ਦੋਨੋਂ ਪਤੀ ਤੇ ਪਤਨੀ ਆਪਣਾ ਜੀਵਨ ਜਿਉਣ, ਤੇ ਇਸ ਸਮਾਜ ਦੇ ਵਿੱਚੋਂ ਸਮੱਸਿਆਵਾਂ ਦਾ ਖਾਤਮਾ ਹੋ ਜਾਏਗਾ, ਜੇ ਖੁਸ਼ਹਾਲ ਪਰਿਵਾਰ ਹੋਵੇਗਾ ਤੇ ਖੁਸ਼ਹਾਲ ਸਮਾਜ ਹੋਵੇਗਾ, ਕਿਉਂਕਿ ਪਰਿਵਾਰ ਸਭ ਤੋਂ ਛੋਟੀ ਇਕਾਈ ਹੈ ਸਮਾਜ ਦੀ, ਇਹਦਾ ਖੁਸ਼ਹਾਲ ਹੋਣਾ ਬਹੁਤ ਜ਼ਰੂਰੀ ਹੈ। ਸੋ ਅਰਦਾਸ ਕਰੀਏ ਗੁਰੂ ਸਾਹਿਬ ਅੱਗੇ ਕਿ ਸਾਨੂੰ ਇਹ ਸੋਚੀ ਬਖਸ਼ਣ ਕਿ ਅਸੀਂ ਗੁਰਮਤ ਮੁਤਾਬਕ ਆਪਣਾ ਸੰਸਾਰਕ ਵੀ ਤੇ ਅਧਿਆਤਮਕ ਵੀ ਦੋਵੇਂ ਜੀਵਨ ਅਸੀਂ ਗੁਰਮਤ ਮੁਤਾਬਕ ਜੀ ਸਕੀਏ, ਤੇ ਇੱਕ ਸੰਸਾਰ ਦੇ ਸਾਹਮਣੇ ਇੱਕ ਇਗਜ਼ੈਂਪਲ ਬਣ ਸਕੀਏ। ਸੋ ਇਹ ਥੋੜ੍ਹੇ ਜਿਹੇ ਸ਼ਬਦਾਂ ਵਿੱਚ, ਵੈਸੇ ਤਾਂ ਭਾਈ ਸਾਹਿਬ ਨੇ ਕਿਹਾ ਸੀ ਕਿ ਘੰਟਾ ਡੇਢ ਲੱਗ ਜਾਂਦਾ ਜੇ ਅਸੀਂ ਲਾਵਾਂ ਦੀ ਬਾਣੀ ਦੀ ਵਿਚਾਰ ਕਰਨ ਲੱਗੀਏ, ਪਰ ਸਮੇਂ ਦੀ ਪਾਬੰਦੀ ਨੂੰ ਸਾਹਮਣੇ ਰੱਖਦਿਆਂ ਹੋਇਆਂ ਬਹੁਤ ਸੰਖੇਪ ਵਿੱਚ ਮੈਂ ਉਸਦਾ ਭਾਵ ਅਰਥਾਪ ਜੀ ਦੇ ਸਾਹਮਣੇ ਰੱਖਿਆ ਹੈ। ਸੋ ਗੁਰੂ ਬਖਸ਼ਿਸ਼ ਕਰੇ ਸਾਨੂੰ ਸਾਰਿਆਂ ਨੂੰ ਇਸ ਸਹੀ ਮਾਰਗ ਉੱਤੇ ਚੱਲਣ ਦੀ ਸਮਰੱਥਾ ਬਖਸ਼ੇ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨਾ ਜੀ। ਅਤੇ ਆਓ ਹੁਣ ਆਪਾਂ ਅਗਲਾ ਪ੍ਰੋਗਰਾਮ ਜੋ ਹੈ ਉਹ ਸਰਵਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ।
साहिब श्री गुरु ग्रंथ साहब जी की हजूरी विच जुड़ बैठी सात संगत जीओ एक बारी फिर फतेह प्रवान करना जी। वाहिगुरु जी का खालसा वाहिगुरु जी की फतेह। आनंदमई परिवारक जीवन सिरजन लई अज दूसरे दिन साढ़े पास बहुत ही गुरु बख्शिश नाल संवारे निवाजे विद्वाना दा पैनल आप जी के सामने हाजिर है और बड़ा मन खुश हो रहा है कि संगत बहुत सारे सवाल भी कर रही है और बहुत सारे सुझाव भी भेज रही है। मैं बेनती करा इस हॉल दे विच एक कोट पा के तीन चार वलंटियर्स घूम रहे हैं। केवल इस पैनल ने सवालों के जवाब नहीं देने, संगत नूं लगे कि यह गल रह गई जां यह गल इस तरह भी कही जा सकती है तो आप जी बाहर कापी पेन उपलब्ध हैं, आप जी वो लै के सिर्फ अपनी जिथे असी बैठे हाँ उत्थे ही थोड़ा इशारा करोगे तो वलंटियर साहब जी को सवाल लैके सानू स्टेज पर भेज देंगे। सवाल भी तो फीडबैक भी, ये अजिहा एक समागम बन जाए कि ये जो सवाल साढ़े को आए हैं इन्हों के जवाब सारी संगत रल के दे रही हो। अजिहा उपराला करिए, असी कोशिश करांगे कि आप जी की जड़ियाँ स्लिप्स आनगियां उन्होंने भी इस प्रोग्राम दे विच शामिल कर सकीए। मैं एक बार फिर बेनती करांगा जो घरां विच बैठ के इस प्रोग्राम नूं सरवण कर रहे हैं वो अपना कुछ विचार देना चाहते हैं, चाहे वह एस एम एस कर दें चाहे फोन कर दें। साडा नंबर है 978-133-98-98 978-133-98-98। सो इन नंबरों पर घर बैठी संगत भी सारे पंजाब की जो इस प्रोग्राम नूं देख रहे हो वो आप जी अपने सुझाव दे सकते हो। और जो ये सारा सवालों का जवाब का सिलसिला है असी तीन हिस्सों च वंडिया है। पहले हैं साढ़े को जनरल क्वेश्चनस, दूसरे हैं परसनल क्वेश्चनस। कई ने अपने घर की विथ्या सुनाई है भी इस तरह हो रहा है तो हुण की करिए, सो वो परसनल क्वेश्चनस दे विच आ जाएंगे। पहला असी जनरल क्वेश्चनस का आंसर देंगे, उस तो बाद जिन्ना समा बच सकिया उन्हां परसनल क्वेश्चनस ते भी कुछ चानन पाउण दा यतन होवेगा। तो तीसरा होवेगा रियल लाइफ एक्सपीरियंसिस कि असी अपने परिवार च एवें कीता ते सुख शांति आ गई, तां जो असी बाकी सारे भी जे उन्दे चो कोई गल अपना सकते हाँ तो वह अपना लईए। सो मैं ज़्यादा समा ना लैंदा होया बेनती करांगा कि साढ़े कोल जो पैनल विच सब तो पहला प्रोफेसर बलविंदर पाल सिंह जी, आप जी गुरु हरगोबिंद खालसा कॉलेज गुरुसर सुधार विखे इकनोमिक्स विभाग के मुखी हैं। साडा विरसा साडा गौरव मैगजीन गुरु गोबिंद सिंह स्टडी सर्कल का 1972 तो चल रहा मैगजीन है तो शुरू तो ही प्रोफेसर बलविंदर पाल सिंह जी ये संपादक रहे हैं। साडे वर्गियां कईयां नू इन्हां ने घड़िया है, तैयार किया है और सारे संसार दे विच इन्हां दी लिखत बहुत सारिया किताबां हैं। श्रोमणी गुरुद्वारा प्रबंधक कमेटी ने आप जी की किताब छापी है कि सिख कदरां कीमतां जो गुरु ग्रंथ साहब के अनुसार नैतिक ते अर्थचारे की जो गल है इकनोमिक्स की, वो पुस्तक श्रोमणी कमेटी ने भी छापी है। सो साडे अज दे इस पैनल दे विच प्रोफेसर बलविंदर पाल सिंह जी, उन्हां दे नाल बैठे हैं डॉक्टर हरप्रीत कौर जी। आप जी दिल्ली दे सफदरजंग हॉस्पिटल जो एशिया का सब तो वड्डा हॉस्पिटल है उहदे विच डॉक्टर हैं, एम डी हैं डॉक्टर हरप्रीत कौर जी दिल। अज साडे कोल चंडीगढ़ तो भैन जी हरजिंदर कौर जी ने आना सी पर किसी मुश्किल करके वो नहीं आ सके ते कुदरती दिल्ली तो ये डॉक्टर साहब इत्थे आए हुए सन। असी इन्हां नूं बेनती कीती ते इन्हां ने हामी भरी कि ये साडे नाल इस पैनल दे विच सजनगे। सो आप जी का स्वागत। इन्हां दे नाल डॉक्टर मुकतिंदर सिंह जी, आप जी एम डी होम्योपैथी हैं अते मॉडल टाउन एक्सटेंशन दे विच होम्यो केयर नाम ते आप जी ने सुनिया होएगा, बहुत सोहना होम्योपैथी का क्लीनिक जिदे च बड़ी साइंटिफिकली तरीके दे नाल ये मेडिसन्स देंदे हन, वो होम्यो क्लीनिक आप जी होम्यो केयर चला रहे हैं। तो नाल दी नाल डॉक्टर मुकतिंदर सिंह जी मिशन पैगामे शब्द गुरु, बहुत प्यारी एक संस्था शब्द गुरु का प्रचार करने लिए बनाई है, बड़ी प्यारी यदि वैबसाइट है। ज्ञानी कुलवंत सिंह जी जिन्होंने कल साढ़े नाल विचार सांझे करने हैं वो इस मिशन नू चला रहे हैं। सो डॉक्टर साहब इस समय साढ़े नाल हाजिर हैं, आप सारियां दा स्वागत।
ਸਵਾਲਾਂ ਦੇ ਜਵਾਬ ਦੇਣ ਤੋਂ ਪਹਿਲਾਂ ਮੈਂ ਬੇਨਤੀ ਕਰਾਂਗਾ ਤਿੰਨੇ ਵਿਦਵਾਨਾਂ ਨੂੰ ਕਿ ਥੋੜ੍ਹੇ ਜਿਹੇ ਸ਼ਬਦ ਇਸ ਜੋ ਅੱਜ ਦਾ ਥੀਮ ਹੈ ਕਿ ਇਤਿਹਾਸ ਅਤੇ ਗੁਰਬਾਣੀ ਦੇ ਚਾਨਣ ਵਿੱਚ ਸਾਡੇ ਘਰਾਂ ਵਿੱਚ ਕਿਵੇਂ ਆਨੰਦਮਈ ਪਰਿਵਾਰਕ ਜੀਵਨ ਹੈਪੀ ਫੈਮਿਲੀ ਲਾਈਫ ਬਣ ਸਕੇ, ਸਾਡੇ ਘਰਾਂ ਦੇ ਕਲਹਿ ਕਲੇਸ਼ ਘੱਟ ਜਾਣ ਮਿੱਟ ਜਾਣ, ਹਾਰਮਨੀ ਇਨ ਦਾ ਫੈਮਿਲੀ ਹੋ ਜਾਵੇ, ਜਾਂ ਅਸੀਂ ਕਿਵੇਂ ਚੰਗੇ ਜਵਾਈ ਬਣੀਏ, ਕਿਵੇਂ ਚੰਗੀ ਨੂੰਹ ਬਣੀਏ, ਕਿਵੇਂ ਚੰਗੇ ਪਤੀ ਚੰਗੀ ਪਤਨੀ ਜਾਂ ਚੰਗਾ ਸਹੁਰਾ ਪਰਿਵਾਰ ਕਿਵੇਂ ਬਣੀਏ। ਇਹ ਜੋ ਥੀਮ ਹੈ ਕਿ ਰਿਲੇਸ਼ਨਸ਼ਿਪ ਪ੍ਰੋਬਲਮਸ ਜਿਹੜੀਆਂ ਆ ਰਹੀਆਂ ਹਨ ਉਹ ਗੁਰਬਾਣੀ ਦੇ ਚਾਨਣ ਦੇ ਵਿੱਚ ਅਸੀਂ ਹੱਲ ਕਰ ਸਕੀਏ, ਮੈਂ ਬੇਨਤੀ ਕਰਾਂਗਾ ਤਿੰਨਾਂ ਵਿਦਵਾਨਾਂ ਨੂੰ ਕਿ ਥੋੜ੍ਹੇ ਜਿਹੇ ਸ਼ਬਦਾਂ ਦੇ ਵਿੱਚ ਇਸ ਥੀਮ ਦੀ ਆਰੰਭਤਾ ਕਰਨ ਅਤੇ ਉਪਰੰਤ ਅਸੀਂ ਸਵਾਲ ਜਵਾਬ ਲਵਾਂਗੇ। ਸਭ ਤੋਂ ਪਹਿਲਾਂ ਪ੍ਰੋਫੈਸਰ ਬਲਵਿੰਦਰਪਾਲ ਸਿੰਘ ਜੀ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਜੁੜੀ ਬੈਠੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਸੋਹਣਾ, ਸੁੰਦਰ, ਸੁਚੱਜਾ ਇਹ ਕਾਰਜਕ੍ਰਮ ਚੱਲ ਰਿਹਾ ਹੈ। ਉਸ ਦੇ ਅੰਤਰਗਤ ਜਿਸ ਤਰ੍ਹਾਂ ਹੁਕਮ ਹੋਇਆ ਹੈ, ਕੁਝ ਵਿਚਾਰ ਪ੍ਰਾਰੰਭਕ ਜਿਹੜੇ ਨੇ ਆਪ ਜੀ ਨਾਲ ਸਾਂਝੇ ਕਰਾਂਗੇ, ਉਸ ਤੋਂ ਬਾਅਦ ਪ੍ਰਸ਼ਨ ਉੱਤਰ ਜਿਹੜੇ ਹਨ ਉਹ ਉਸ ਦਾ ਸਿਲਸਿਲਾ ਚੱਲੇਗਾ। ਅਸੀਂ ਗੁਰੂ ਨਾਨਕ ਸਾਹਿਬ ਜੀ ਦੇ ਜਦੋਂ ਅੱਗੋਂ ਉਹਨਾਂ ਨੇ ਗੁਰਗੱਦੀ ਦਿੱਤੀ ਬਾਬਾ ਗੁਰੂ ਅੰਗਦ ਦੇਵ ਜੀ ਨੂੰ, ਤਾਂ ਬਾਬਾ ਸ਼੍ਰੀ ਚੰਦ ਜੀ ਨੇ ਚੋਣ ਕੀਤੀ ਕਿ ਉਦਾਸੀ ਸੰਪਰਦਾ ਚਲਾਈ ਜਾਵੇ। ਗੁਰੂ ਨਾਨਕ ਸਾਹਿਬ ਨੇ ਕਿਹਾ ਵੀ ਨਹੀਂ, ਕਿਉਂਕਿ ਸਿੱਖ ਧਰਮ ਦਾ ਇਹ ਮੰਨਣਾ ਹੈ ਕਿ ਗ੍ਰਸਥਨ ਮੈਂ ਤੂੰ ਵੱਡੋ ਗ੍ਰਸਥੀ, ਅਕਾਲ ਪੁਰਖ ਜਿਹੜਾ ਹੈ ਉਹ ਆਪ ਬਹੁਤ ਵੱਡਾ ਗ੍ਰਸਥੀ ਹੈ, ਅਤੇ ਗ੍ਰਸਥ ਧਰਮ ਜਿਹੜਾ ਹੈ ਉਹ ਚਲਾਉਣਾ ਹੈ, ਦੁਨੀਆਂ ਦੇ ਵਿੱਚ ਵਿਚਰਨਾ ਹੈ, ਔਰ ਅਸੀਂ ਸੰਸਾਰ ਦੇ ਵਿੱਚ ਖੁਸ਼ਹਾਲੀ ਲੈ ਕੇ ਆਉਣੀ ਹੈ, ਔਰ ਮਾਨਵਤਾ ਮਨੁੱਖਤਾ ਹਿਊਮੈਨਿਟੀ ਦਾ ਜੋ ਸਿਲਸਿਲਾ ਹੈ ਉਸ ਨੂੰ ਸਦੀਆਂ ਤੱਕ ਅੱਗੇ ਜਾ ਕੇ ਲੈ ਕੇ ਜਾਣਾ ਹੈ। ਇਹ ਸੋਸ਼ਲ ਟੈਸਟ ਧਰਮ ਦਾ ਹੈ। ਗੁਰੂ ਨਾਨਕ ਸਾਹਿਬ ਨੇ ਉਸ ਟੈਸਟ ਦੇ ਉੱਤੇ ਸਿੱਖ ਧਰਮ ਨੂੰ ਪਾਇਆ, ਔਰ ਦਸ ਗੁਰੂ ਸਾਹਿਬਾਨ ਨੇ ਔਰ ਪੰਥ ਨੇ ਇਹ ਜ਼ਿੰਮੇਵਾਰੀ ਲਈ ਹੈ ਕਿ ਉਹ ਸਮਾਜਿਕ ਜਿਹੜਾ ਟੈਸਟ ਹੈ ਉਹਦੇ ਉੱਤੇ ਸਿੱਖ ਧਰਮ ਜਿਹੜਾ ਉਹਨੂੰ ਹਰ ਤਰ੍ਹਾਂ ਨਾਲ ਪੂਰਾ ਕਰਨਾ ਹੈ। ਔਰ ਸੰਸਥਾ ਨੇ, ਸੁਕਿਰਤ ਨੇ, ਬਾਕੀ ਸੰਸਥਾਵਾਂ ਨੇ ਮਿਲ ਕੇ ਇਹ ਜਿਹੜਾ ਯਤਨ ਕੀਤਾ ਹੈ ਇਹ ਬਹੁਤ ਹੀ ਸੁਚੱਜਾ ਉੱਦਮ ਹੈ, ਤਾਂ ਕਿ ਅਸੀਂ ਗੁਰਬਾਣੀ ਦੇ ਵਿੱਚ ਜੋ ਸਾਨੂੰ ਸੇਧ ਦਿੱਤੀ ਗਈ ਹੈ ਉਹ ਸੰਸਾਰ ਵਿੱਚ ਆਉਣ ਵਾਲੀਆਂ ਜੋ ਸਮੱਸਿਆਵਾਂ ਹਨ ਉਹਨੂੰ ਅਸੀਂ ਨਜਿੱਠਣ ਲਈ ਅਸੀਂ ਆਪਣੇ ਆਪ ਨੂੰ ਉਸ ਦੇ ਯੋਗ ਬਣਾ ਸਕੀਏ। ਤੋ ਸੰਖੇਪ ਦੇ ਵਿੱਚ ਮੈਂ ਦੋ ਚਾਰ ਗੱਲਾਂ ਕਰਕੇ ਸਮਾਪਤੀ ਕਰਾਂਗਾ ਕਿ ਸਾਨੂੰ ਨਾ ਰਿਐਕਸ਼ਨਸ ਜਿਹੜੇ ਨੇ ਉਹ ਕਰਨ ਦੀ ਆਦਤ ਜ਼ਿਆਦਾ ਪੈ ਜਾਂਦੀ ਹੈ, ਜਿਹਦੇ ਕਰਕੇ ਸਾਡਾ ਜੀਵਨ ਜਿਹੜਾ ਉਹਦੇ ਵਿੱਚ ਸਮੱਸਿਆਵਾਂ ਆਉਂਦੀਆਂ ਨੇ, ਔਰ ਅਸੀਂ ਸਮੀਕਰਨ ਜਦੋਂ ਚੇਂਜ ਹੁੰਦੇ ਨੇ ਉਹਦੇ ਮੁਤਾਬਕ ਆਪਣੇ ਆਪ ਨੂੰ ਚੇਂਜ ਕਰਨ ਦੇ ਵਿੱਚ ਲੇਟ ਹੋ ਜਾਂਦੇ ਹਾਂ, ਔਰ ਅਸੀਂ ਅਕਹਿਰੇ ਜੀਵਨ ਦੇ ਆਦੀ ਹੋ ਜਾਂਦੇ ਹਾਂ। ਆਦਤਾਂ ਅਨੁਸਾਰ ਹੀ ਅਸੀਂ ਚਾਹੁੰਦੇ ਹਾਂ ਕਿ ਸਾਰੇ ਲੋਕ ਉਸੇ ਤਰ੍ਹਾਂ ਵਿਹਾਰ ਕਰਨ, ਉਹਦੇ ਵਿੱਚ ਸਾਨੂੰ ਫਿਰ ਸਮੱਸਿਆਵਾਂ ਆਉਂਦੀਆਂ ਨੇ। ਔਰ ਇੱਕ ਗੱਲ ਗੁਰਬਾਣੀ ਦੇ ਵਿੱਚ ਔਰ ਦੁਨੀਆ ਭਰ ਦੇ ਵਿੱਚ ਲੋਕ ਮੰਨਦੇ ਨੇ, ਵਿਦਵਾਨ ਮੰਨਦੇ ਨੇ ਕਿ ਜੀਵਨ ਜਿਹੜਾ ਹੈ ਇਕੱਲਾ ਪਦਾਰਥ ਦੇ ਨਾਲ ਸੁਖੀ ਨਹੀਂ ਹੋ ਸਕਦਾ, ਉਹਦੇ ਵਿੱਚ ਜੋ ਆਰਟ ਹੈ, ਕਲਾ ਹੈ, ਕਲਾ ਜਿਹੜੀ ਹੈ ਉਹ ਆਰਟ ਵੀ ਹੈ ਅਤੇ ਕਲਾ ਕਲੇਸ਼ ਵੀ ਹੁੰਦੀ ਹੈ। ਔਰ ਕਲੈਸ਼ ਜਿਹੜਾ ਇੰਗਲਿਸ਼ ਦਾ ਸ਼ਬਦ ਹੈ, ਕਲੇਸ਼ ਪੰਜਾਬੀ ਦਾ ਸ਼ਬਦ ਹੈ। ਕਲੈਸ਼ ਅਤੇ ਕਲੇਸ਼ ਹੋ ਸਕਦਾ ਪੁਰਾਣੇ ਬਜ਼ੁਰਗਾਂ ਨੇ ਉਹੀ ਸ਼ਬਦ ਅੱਗੇ ਜਾ ਕੇ ਲਿਆਂਦਾ ਹੋਵੇ, ਬਹੁਤ ਸਾਰੇ ਸ਼ਬਦ ਐਸੇ ਹੈਗੇ ਨੇ। ਤੋ ਸਾਇੰਸ, ਮਿਊਜ਼ਿਕ, ਲਿਟਰੇਚਰ, ਕ੍ਰੀਏਟਿਵਿਟੀ, ਇਹ ਚੀਜ਼ਾਂ ਜਿਹੜੀਆਂ ਨੇ ਅਸਲ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਤਾਂ ਹੀ ਸਾਨੂੰ ਕੀਰਤਨ ਨਾਲ ਜੋੜਿਆ, ਉਹਦੇ ਵਿੱਚ ਸ਼ਾਂਤ ਕਰਨ ਦੀ, ਹੱਲ ਕਰਨ ਦੀ ਸਮਰੱਥਾ ਹੈ, ਨਾਲ ਉਹਦੇ ਨਾਲ ਬਾਣੀ ਜੋੜ ਦਿੱਤੀ ਹੈ। ਦੁਨੀਆ ਦੀ ਬਿਹਤਰੀਨ ਚੀਜ਼ਾਂ ਦੇ ਵਿੱਚੋਂ ਜੋ ਚੀਜ਼ ਸਾਨੂੰ ਮਿਲੀ ਹੈ ਉਹ ਗੁਰਬਾਣੀ ਦਾ ਕੀਰਤਨ ਹੈ, ਬਾਕੀ ਉਹਦੇ ਨਾਲ ਕਥਾ, ਸਹਿਜ ਪਾਠ, ਬਾਕੀ ਉਹਦੀ ਕਮਾਈ ਸਾਰੀ ਜਿਹੜੀ ਹੈ ਜੁੜੀ ਹੋਈ ਹੈ। ਇੱਕ ਗੁਰਬਾਣੀ ਦੇ ਵਿੱਚ ਆਨੰਦਮਈ ਪਰਿਵਾਰਕ ਜੀਵਨ ਸੰਬੰਧੀ ਜੋ ਆਦਰਸ਼ਕ ਸ਼ਬਦ ਮੈਂ ਇੱਕ ਲਿਆਇਆ, ਬਹੁਤ ਸਾਰੇ ਸ਼ਬਦ ਹੋਰ ਹੋਣਗੇ, ਮੈਂ ਉਹ ਆਪ ਜੀ ਦੀ ਨਜ਼ਰ ਕਰਨਾ ਚਾਹੁੰਦਾ। ਉਹ ਸ਼ਬਦ ਹੈ ਕਿ ਸਖੀ ਸਹੇਰੀ ਮੇਰੇ ਗ੍ਰਸਥ ਆਨੰਦ, ਕਰ ਕਿਰਪਾ ਭੇਟੇ ਮੋਹੇ ਕੰਤ, ਮੋਹੇ ਦੁਹਾਗਨ ਆਪ ਸਿਗਾਰੀ, ਰੂਪ ਰੰਗ ਦੇ ਨਾਮ ਸਵਾਰੀ, ਮਿਟਿਓ ਦੁੱਖ ਅਰ ਸਗਲ ਸੰਤਾਪ, ਗੁਰ ਹੋਏ ਮੇਰੇ ਮਾਈ ਬਾਪ, ਤਪਤ ਬੁੱਝੀ ਪੂਰਨ ਸਭ ਆਸਾ, ਮਿਟੇ ਅੰਧੇਰ ਭਏ ਪ੍ਰਗਾਸਾ, ਅਨਹਦ ਸ਼ਬਦ ਅਚਰਜ ਬਿਸਮਾਦ, ਗੁਰ ਪੂਰਾ ਪੂਰਾ ਪ੍ਰਸਾਦ। ਸਾਰਾ ਸ਼ਬਦ ਬਹੁਤ ਕਮਾਲ ਦਾ ਹੈ। ਇਸੇ ਤਰ੍ਹਾਂ ਬਹੁਤ ਸਾਰੇ ਹੋਰ ਸਾਨੂੰ ਆਦੇਸ਼ ਹਨ, ਭਲੀ ਸੁਹਾਵੀ ਛਾਪਰੀ ਜਾਂ ਮਹਿ ਗੁਣ ਗਾਏ, ਕਿਤ ਹੀ ਕਾਮਨਾ ਧੌਲ ਹਰ ਜਿਤ ਹਰ ਬਿਸਰਾਏ। ਇਹ ਸ਼ਬਦ ਜਦੋਂ ਅਸੀਂ ਪੜ੍ਹਦੇ ਹਾਂ, ਬਹੁਤ ਲੰਬਾ ਸ਼ਬਦ ਹੈ ਅੱਗੋਂ, ਤਾਂ ਸਾਨੂੰ ਇਹ ਅਹਿਸਾਸ ਹੁੰਦਾ
ਜਦੋਂ ਅਸੀਂ ਅਖਬਾਰਾਂ ਰੋਜ਼ ਦੇਖਦੇ ਹਾਂ ਕਿ ਵੱਡੇ ਵੱਡੇ ਫਾਰਮ ਹਾਊਸਾਂ ਦੇ ਵਿੱਚ ਲੋਕ ਜਿਹੜੇ ਨੇ ਆਪਣੇ ਮੂੰਹ ਦੇ ਵਿੱਚ ਪਿਸਟਲ ਰੱਖ ਕੇ ਗੋਲੀ ਮਾਰ ਰਹੇ ਨੇ, ਬਾਪ ਦੇ ਸਿਰ ਦੇ ਵਿੱਚ ਪੁੱਤਰ ਡੰਡਾ ਮਾਰ ਰਿਹਾ, ਹਾਲਾਂਕਿ ਇੰਨੀ ਜਾਇਦਾਦ ਹੈ ਅਰਬਾਂ ਦੀ ਖਰਬਾਂ ਦੀ। ਉਦੋਂ ਜਦੋਂ ਅਸੀਂ ਇਹ ਸ਼ਬਦ ਪੜ੍ਹੀਏ ਕਿ ਭਲੀ ਸੁਹਾਵੀ ਛਾਪਰੀ ਜਾਂ ਮੈਂ ਗੁਣ ਗਾਏ, ਉਦੋਂ ਸਾਨੂੰ ਅਹਿਸਾਸ ਹੋਣਾ ਚਾਹੀਦਾ। ਕਈ ਵਾਰੀ ਅਮੀਰ ਲੋਕ ਕਹਿੰਦੇ ਨੇ ਕਿ ਉਹਨਾਂ ਦੇ ਘਰ ਦੇਖੋ ਤਾਂ ਉਹਨਾਂ ਦੇ ਕਮਾਈ ਵੀ ਇੰਨੀ ਨਹੀਂ ਹੈਗੀ, ਪਰ ਬਰਕਤ ਬੜੀ ਆ ਉਹਨਾਂ ਦੇ ਘਰ, ਉਹਨਾਂ ਦੇ ਘਰ ਚੱਜ ਅਚਾਰ ਬੜਾ ਲੋਕਾਂ ਨੂੰ। ਤੋ ਬਰਕਤ, ਚੱਜ ਅਚਾਰ ਔਰ ਜੁਗਤ ਜਿਹੜੀ ਹੈ ਉਹ ਸਾਨੂੰ ਕਿਵੇਂ ਆਵੇ, ਇਹ ਮਨੁੱਖਤਾ ਦੀ ਬੜੀ ਵੱਡੀ ਪ੍ਰਾਪਤੀ ਹੈ ਜਿਹਦੇ ਕੋਲੋਂ ਅਸੀਂ ਖੁੰਝਦੇ ਜਾ ਰਹੇ ਹਾਂ। ਔਰ ਗੰਢ ਪ੍ਰੀਤੀ ਮਿੱਠੇ ਮਿੱਠੇ ਬੋਲ ਵਾਲੀ ਗੱਲ ਕੀਤੀ ਗਈ ਹੈ, ਗੁਰਬਾਣੀ ਦੇ ਨਾਲ ਜਿਹੜਾ ਸਿੱਖ ਕਲਚਰ ਜੋ ਗੁਰੂ ਸਾਹਿਬਾਨ ਦੇ ਵੇਲੇ ਸਿਰਜਿਆ ਗਿਆ, ਭਾਈ ਗੁਰਦਾਸ ਜੀ ਨੇ ਬਹੁਤ ਸਾਨੂੰ ਸੇਧ ਦਿੱਤੀ ਹੈ ਉਹਦੇ ਵਿੱਚ, ਗੁਰਸਿੱਖਾਂ ਸਾਵਾਸ ਜਨਮ ਸਵਾਰਿਆ, ਉਹ ਕਲਚਰ ਵੱਲ ਧਿਆਨ ਦੇਣ ਦੀ ਲੋੜ ਹੈ। ਗੁਰਸਿੱਖਾਂ ਰਹਿਰਾਸ ਗੁਰੂ ਪਿਆਰਿਆ, ਗੁਰਮੁਖ ਸਾਸ ਗਿਰਾਸ ਨਾਉ ਚਿਤਾਰਿਆ, ਮਾਇਆ ਵਿੱਚ ਉਦਾਸ ਗਰਭ ਨਿਵਾਰਿਆ, ਗੁਰਮੁਖ ਦਾਸਨ ਦਾਸ ਸੇਵ ਸੁਚਾਰਿਆ, ਵਰਤਨ ਆਸ ਨਿਰਾਸ, ਕਦੀ ਆਸਾ ਹੋ ਜਾਂਦੀ ਹੈ ਕਦੀ ਨਿਰਾਸ਼ਾ ਹੋ ਜਾਂਦੀ ਹੈ, ਪਰ ਗੁਰਸਿੱਖ ਉਹਦੇ ਵਿੱਚ ਵਰਤਦੇ ਰਹਿੰਦੇ ਨੇ। ਸ਼ਬਦ ਵਿਚਾਰਿਆ ਗੁਰਮੁਖ ਸਹਿਜ ਨਿਵਾਸ, ਮਨ ਹੱਠ ਮਾਰਿਆ ਗੁਰਮੁਖ ਮਨ ਪ੍ਰਕਾਸ਼ ਪਤਤ ਉਧਾਰਿਆ। ਤੋ ਖੁਸ਼ਹਾਲ ਪਰਿਵਾਰਕ ਜੀਵਨ ਦੇ ਲਈ ਸਾਡੇ ਕੋਲ ਬਹੁਤ ਸਾਰੀ ਸੇਧ ਗੁਰਬਾਣੀ ਦੇ ਵਿੱਚੋਂ ਸਾਨੂੰ ਮਿਲਦੀ ਹੈ। ਔਰ ਸਭ ਤੋਂ ਵੱਡੀ ਗੱਲ ਕਿ ਸਾਡੇ ਵਿੱਚ ਜਿਹੜੀ ਦਾਜ ਕਰਕੇ ਸਮੱਸਿਆ ਹੈ, ਜੇ ਅਸੀਂ ਆਪਣੇ ਬੱਚਿਆਂ ਨੂੰ ਇਹ ਸ਼ਬਦ ਗੁਰਬਾਣੀ ਦੇ ਯਾਦ ਕਰਾ ਦਈਏ, ਉਹ ਪੜ੍ਹਨ ਅਤੇ ਇਹਦਾ ਆਨੰਦ ਲੈਣ, ਤਾਂ ਮੈਨੂੰ ਲੱਗਦਾ ਕਿ ਅਸੀਂ ਆਉਂਦੇ ਸਾਲਾਂ ਦੇ ਵਿੱਚ ਇਸ ਬਿਮਾਰੀ ਦੇ ਕੋਲੋਂ ਅਸੀਂ ਪਿੱਛਾ ਛੁਡਾ ਸਕਦੇ ਹਾਂ। ਸਾਡੇ ਕੋਲ ਕਿਸੇ ਚੀਜ਼ ਦੀ ਕਮੀ ਨਹੀਂ ਹੈ, ਮੈਂ ਸਮਝਦਾ ਸਾਡੇ ਕੋਲ ਅਲਮਾਰੀਆਂ ਘੱਟ ਨੇ, ਕਮਰੇ ਘੱਟ ਨੇ, ਸਮਾਨ ਜ਼ਿਆਦਾ, ਔਰ ਫਿਰ ਵੀ ਅਸੀਂ ਮਨ ਵਿੱਚ ਰੱਖਦੇ ਹਾਂ ਵੀ ਸਾਨੂੰ ਸਵਿਫਟ ਦਿੱਤੀ ਹੈ, ਜੇ ਇਸ ਤੋਂ ਉੱਪਰਲੀ ਗੱਡੀ ਦੇ ਦਿੰਦੇ ਉਹਨਾਂ ਦਾ ਕੀ ਵਿਗੜਦਾ ਸੀ, ਕਮਾਲ ਹੈ, ਸਾਡੀ ਭੁੱਖ ਜਾਂਦੀ ਹੀ ਨਹੀਂ। ਅੱਛਾ ਫਰਜ਼ ਕਰੋ ਜੇ ਮੁੰਡੇ ਵਾਲੇ ਹਵਾਈ ਜਹਾਜ਼ ਹੀ ਦੇ ਦੇਣ ਤਾਂ ਕਿੱਥੇ ਰੱਖੋਗੇ? ਫਰਜ਼ ਕਰੋ ਮੁੰਡੇ ਕੁੜੀ ਵਾਲੇ ਜਿਹੜੇ ਨੇ, ਜੇ ਆਪਾਂ ਮੰਗਦੇ ਹੀ ਹਾਂ, ਜੇ ਹਵਾਈ ਜਹਾਜ਼ ਹੀ ਕਹਿ ਦੇਣ ਬੇਟਾ ਤੈਨੂੰ ਮੈਂ ਹਵਾਈ ਜਹਾਜ਼ ਦੇਣਾ, ਉਹਨਾਂ ਨੂੰ ਕੋਈ ਇੰਤਜ਼ਾਮ ਕਰ ਰੱਖਣ ਕਿਤੇ, ਫਿਰ ਸਾਨੂੰ ਹੱਥਾਂ ਪੈਰਾਂ ਦੀ ਪੈ ਜਾਏਗੀ। ਗੁਰੂ ਸਾਹਿਬ ਦਾ, ਗੁਰੂ ਰਾਮਦਾਸ ਜੀ ਨੇ ਸਿੱਖ ਕਲਚਰ ਨੂੰ ਆਪਣੇ ਹੱਥੀਂ ਸਜਾਇਆ ਉਦੋਂ, ਔਰ ਉਹਨਾਂ ਦਾ ਬੜਾ ਹੀ ਪਿਆਰਾ ਸ਼ਬਦ ਹੈ, ਹਰ ਪ੍ਰਭ ਮੇਰੇ ਬਾਬੁਲਾ, ਹਰ ਦੇਵੋ ਦਾਨ ਮੈਂ ਦਾਜੋ, ਹਰ ਕੱਪੜੇ ਹਰ ਸੋਭਾ ਦੇਵੋ, ਜਿਤ ਸਵਰੈ ਮੇਰਾ ਕਾਜੋ, ਹਰ ਹਰ ਭਗਤੀ ਕਾਜ ਸੁਹੇਲਾ, ਗੁਰ ਸਤਿਗੁਰ ਦਾਨ ਦਿਵਾਇਆ, ਖੰਡ ਵਰ ਭੰਡ ਹਰ ਸੋਭਾ ਹੋਈ, ਇਹ ਦਾਨ ਨਾ ਰਲੈ ਰਲਾਇਆ, ਹੋਰ ਮਨਮੁਖ ਦਾਜ ਜੇ ਰੱਖ ਦਿਖਾਲੈ, ਸੋ ਕੂੜ ਅੰਕਾਰ ਕੱਚ ਪਾਜੋ, ਹਰ ਪ੍ਰਭ ਮੇਰੇ ਬਾਬਲਾ, ਹਰ ਦੇਵੋ ਦਾਨ ਮੈਂ ਦਾਜੋ। ਇਹ ਸ਼ਬਦ ਜਦੋਂ ਅਸੀਂ ਪੜ੍ਹਦੇ ਹਾਂ, ਜਿਹੜੀਆਂ ਚੀਜ਼ਾਂ ਨੇ ਉਹਨੂੰ ਲੋੜ ਵਾਲੀਆਂ ਚੀਜ਼ਾਂ ਸਮਝ ਕੇ ਅਸੀਂ ਜੇ ਚੱਲੀਏ ਹੋਰ ਗੱਲ ਹੈ, ਲੇਕਿਨ ਦਾਜ ਦੇ ਤੌਰ 'ਤੇ ਦਿਖਾਉਣਾ, ਉਹਦੇ 'ਚ ਨੁਕਸ ਕੱਢਣੇ, ਉਹਦੇ 'ਚ ਹੰਕਾਰ ਕਰਨਾ, ਉਹਨੂੰ ਕਹਿਣਾ ਸਾਡਾ ਜਿਹੜਾ ਸਮਾਨ ਆਇਆ ਵਧੀਆ, ਤੁਹਾਡਾ ਜਦੋਂ ਆਇਆ ਸੀ ਉਹ ਇੰਨਾ ਵਧੀਆ ਨਹੀਂ ਸੀ, ਇਹ ਗੱਲਾਂ ਸਾਰੀਆਂ ਹੇਠਲੇ ਪੱਧਰ ਦੀਆਂ ਨੇ। ਗੁਰੂ ਸਾਹਿਬ ਨੇ ਸਾਨੂੰ, ਭਾਈ ਵੀਰ ਸਿੰਘ ਨੇ ਕਿਹਾ ਕਿ ਸਿੱਖੀ ਹੈ ਬਲਵਾਨ ਕਰਨਾ, ਸੁਰਤ ਨੂੰ ਚੜ੍ਹਦੀ ਕਲਾ ਨਿਵਾਸ ਸਦ ਹੀ ਰੱਖਣਾ। ਤੋ ਇੰਨੇ ਸ਼ਬਦ ਮੈਂ ਪ੍ਰਾਰੰਭਕ ਆਪ ਜੀ ਨਾਲ ਸਾਂਝੇ ਕਰਨੇ ਸੀਗੇ, ਹੋਰ ਸਮਾਂ ਜਿਹੜਾ ਸੀਮਤ ਹੈ ਬਹੁਤ, ਉਹਦੇ ਮੁਤਾਬਕ ਜਿਸ ਤਰ੍ਹਾਂ ਗੱਲ ਚੱਲੇਗੀ ਤੋ ਅਸੀਂ ਉਹਦੇ ਵਿੱਚ ਯੋਗਦਾਨ ਪਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਹਰਪ੍ਰੀਤ ਕੌਰ ਜੀ, ਸਫਦਰਜੰਗ ਹੋਸਪਿਟਲ, ਦਿੱਲੀ ਤੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਗੁਰੂ ਮਹਾਰਾਜ ਜੀ ਨੇ ਕਿਰਪਾ ਕਰਕੇ ਮੈਨੂੰ ਆਪ ਜੀ ਦੇ ਸਨਮੁਖ ਬੈਠਣ ਦਾ ਮੌਕਾ ਬਖਸ਼ਿਸ਼ ਕੀਤਾ ਹੈ। ਮੈਂ ਕੋਈ ਵਿਦਵਾਨ ਜਾਂ ਬੁਲਾਰੀ ਨਹੀਂ ਹਾਂ, ਬਸ 2-4 ਵਿਚਾਰ ਆਪ ਜੀ ਦੇ ਨਾਲ ਸਾਂਝੇ ਕਰਨ ਦਾ ਯਤਨ ਕਰਾਂਗੀ। ਗੁਰੂ ਮਹਾਰਾਜ ਜੀ ਨੇ ਪਰਿਵਾਰਕ ਜੀਵਨ ਅਤੇ ਗ੍ਰਸਥ ਨੂੰ ਸਭ ਤੋਂ ਉੱਤਮ ਮੰਨਿਆ ਹੈ। ਬਾਣੀ ਦੇ ਅਨੁਸਾਰ ਗ੍ਰਸਥ ਦਾ ਜੋ ਪ੍ਰਯੋਜਨ ਹੈ ਉਹ ਇਹ ਹੈ ਕਿ ਪਤੀ ਔਰ ਪਤਨੀ ਜਿਹੜੇ ਉਹ ਇੱਕ ਇਸਤਰੀ ਜੀਵ ਇਸਤਰੀ ਰੂਪ ਹੋ ਕੇ, ਏਕ ਜੋਤ ਦੋਏ ਮੂਰਤੀ ਹੋ ਕੇ, ਇੱਕ ਜੋਤ ਰੂਪ ਹੋ ਕੇ ਔਰ ਆਪਣੇ ਪਤੀ ਪਰਮਾਤਮਾ ਨੂੰ ਮਿਲਣ ਦਾ ਜੋ ਪ੍ਰਯੋਜਨ ਹੈ ਉਹ ਸਿਰਫ ਗ੍ਰਸਥ ਜੀਵਨ ਦੇ ਵਿੱਚ ਹੀ ਨਿਭਾਇਆ ਜਾ ਸਕਦਾ ਹੈ। ਇਸ ਲਈ ਗੁਰੂ ਮਹਾਰਾਜ ਜੀ ਨੇ ਗ੍ਰਸਥ ਨੂੰ ਸਭ ਤੋਂ ਉੱਤਮ ਦਰਜਾ ਦਿੱਤਾ ਹੈ। ਗੁਰੂ ਸਾਹਿਬ ਜੀ ਨੇ ਗ੍ਰਸਥ ਨੂੰ ਇੱਕ ਸੰਗਤ ਰੂਪ ਕਰਕੇ ਬਖਸ਼ਿਸ਼ ਕੀਤਾ ਹੈ।
जे ग्रस्त और आप अपना परिवार जो है वो एक संगत दे तरह उसनू समझा जाए ता घर बैठे ही संगत का आनंद लिया जा सकता है और परिवार का आनंद लिया जा सकता है। निर्मल अते निस्वार्थ जो प्यार है एक प्यार एक परिवार के अंदर जदों ये आप पैदा करते हाँ ये प्यार जड़ा है यह सिर्फ बाणी दे लड़ लग्या ही हो सकता है। पदार्थवाद अते वैस्टर्न कल्चर दे नाल ये प्यार किसी भी हालत विच नहीं हो सकता और जदों आप बाणी दे लड़ लग के एक परिवार विच प्यार का माहौल उत्पन्न करते हाँ फिर अच्छे कम्मां लई एक दूसरे नूं असीं इनकरेज करना है। जदों आपां एक दूजे नूं इनकरेज करते हाँ हलाशेरी दिंदे हाँ बच्चों नूं दिंदे हाँ आप जी अपने पति नूं या पत्नी नूं आपां हलाशेरी दिंदे हाँ तो इस दे नाल साडा ग्रस्त जीवन जो है बहुत ही आनंदमई और एक बहुत सुखावा हो जाता है। जिथे कि जिहड़ा वैस्टर्न कल्चर है उहदे प्रभाव के अधीन साडी ड्रेस सेंस ते साडा जो पहरावा साडा दिख साडी बोलचाल वो सब बदलता जा रहा है उत्थे इस कल्चर ने साडी सोच दे उत्ते भी बहुत ही गहरा असर पाया है। सानू अपना कल्चर संभालना है अपनी खजाना जो गुरु ग्रंथ साहब जी के रूप में साडे कोल मौजूद है उसके लड़ लग के बाणी नू समझ के विचार के और सहज पाठ के लड़ लग के असी एक ग्रस्त जीवन का आनंद जो है वह असी पूर्ण रूप में प्राप्त कर सकते हैं। वाहेगुरु जी का खालसा वाहेगुरु जी की फतेह। डॉक्टर मुतेंद्र सिंह जी वाहेगुरु जी का खालसा वाहेगुरु जी की फतेह। गुरबाणी च फरमान है शिव सख्त आप उपाय कै करता आपे हुकम वरताए कुमरताए आप वेख्या गुरमुख किसै नूं जाए। अकाल पुरख जी ने जो सृष्टि की रचना की है वह असल च दो पोलैरिटीज की है दो अपोजिट्स की है। अगर आप देखिए दिन है तो रात है सवेर है शाम है चंगियाई है बुराई है चिट्टा है तो काला है माया है तो अकाल पुरख है। इस तरह सृष्टि नूं चलदा रखण लई अकाल पुरख जी ने पुरख और इस्त्री की रचना की। जो पुरख और इस्त्री ने अकाल पुरख की रचना दे विच इस संसार नूं चलदा रखण लई जरूरी ने। जो अज का विषय आपां लिया है कि असी सारे गृहस्थियां परिवारक जीवन दे विच जो हारमनी सुख किस तरह होवे और साढ़े लोगों की एक प्रवृत्ति बन गई है कि असी शायद इस तरह के एक जीवन की कल्पना कर बैठते हाँ जिदे सारा कुछ मिठा ही मिठा होएगा। कुदरत ने अगर गन्ना मिठा पैदा किया तो नाल कौड़ा करेला भी पैदा किया निम भी पैदा की है तो जे किसी मिठे वाली शुगर हो जाती तो राज कौड़ियां दवाइया ही होंगे। सो अकाल पुरख ने जो रचना पैदा की उहदे विच दो अपोजिट्स हमेशा होने चाहिए ने। अगर आप परिवारक जीवन की गल करिए अगर गुरु साहब ने एक जगह ये गल की है कि धन पिर ए ना आखिए बैन इकट्ठे होए एक जोत दोए मूर्ति धन पिर कहिया सोए कि अगर स्त्री और पुरख जेड़े ने वो कट्ठे बहन वाले नहीं कहते उन्होंने अंदर सांझ होनी चाहिए कोई पर आप गुरबाणी के नाल ही शब्द पढ़ते हैं कि धन पिर एक ही संघ वासा मिल बात ना करते भाई। एक ऐसी अवस्था भी आ जाती है जो धन पिर दोनों है पर आपस गलबात नहीं कर रहे। गुरबाणी ऐसे वचन आए हैं कि इको सेज ते रहिंदे ने पर आपस च उन्हां दा कोई भी सांझ नहीं है। जाप साहब चापा पढ़ते हैं नमो कलह करता नमो शांत रूपे अकाल पुरख के ऐसे रूप ने किते वह कलेश रूप च प्रगट हो रहा है किते वह शांति रूप च प्रगट हो रहा है। सतगुरु जी आप भगत कबीर जी की बाणी पढ़ते हैं भगत कबीर जी कहते हैं हों वारी मुख फेर प्यारे करवट दे मोको काहे को मारे करवट भला ना करवट तेरी लाग गले सुन बेनती मेरी। एक ऐसी अवस्था का चित्रण किया गया है जिदे विच पति और पत्नी आपस च रुसे हुए ने पति नू पत्नी कह रही है कि तुसी मेरे नाल क्यों नाराज हो किसी तरह मेरी गल मान लो
गुरबाणी विच ऐसे होर भी बेअंत वचन आते हैं जिदे विच ए चित्रण किया गया कि परिवारक जिंदगी दे विच थोड़ियां जिहां त्रेड़ां आंदियां ने और इस तरह लगता है कि यह अध्यात्मक जीवन की एक बहुत वड्डी पौड़ी है क्योंकि जिदा असी पैदा होने जिदा भी किसी बच्चे ने अगर मान लो उन्हें कोई ताकत शरीर दे विच पैदा करनी है तो असी उन्हें कहने कि तू थोड़ी जी स्ट्रगल कर थोड़ी जी जिमिंग कर तेरे मसल्स तां बनणगे जे तू एक्सरसाइज नहीं करेंगा कसरत नहीं करेंगा तो तेरे अंदर ताकत नहीं आएगी। आप एक बड़ी सिंपल जी एग्जाम्पल कहने कि एक बारी एक प्रोफेसर अपने बच्चों नाल लैके बैठा सी और उत्थे एक वो एक एक्सपैरीमेंट कर रहे सी जिदे च तितली अपने कोकून दे विचों बाहर निकलण की कोशिश कर रही सी एक प्रोसैस सी उहदे जन्म की और जदों वो गया कहिंदा भी ये प्रोसैस कुछ देर चलनी है इहनू किसी ने इंटरफेयर नहीं करना पर जदों बाहर गया ने देखा जिहड़ी तितली पैदा हुई उड्डण दे काबल नहीं सी उहने पुछया भी किसी ने यह जो प्रोसैस सी इहदे विच इंटरफेयर कीता तो एक विद्यार्थी कहिंदा जी ये जदों बहुत पंख फड़फड़ा रही सी अपने बहुत तड़फ रही सी तो मैनूं इहदे ते तरस आया तो मैं इहदा उपरला जिहड़ा शैल सी उहनूं तोड़ दिता ताकि सौखी निकल जाए। वो कहिंदे तू बहुत वड्डी गलती कीती है क्योंकि जे ये पंख नहीं फड़फड़ाई इहदे पंखां च ताकत ही नहीं आई इहदे खंभां च ताकत ही नहीं आई हुण इह उड नहीं सकदी। साडे जीवन का मनोरथ की है? साडे जीवन का मनोरथ है परमात्मा की प्राप्ति। परमात्मा है प्रेम स्वरूप। साडी जिंदगी असल च बनी है प्रेम करन वास्ते। गुरु साहब कहिंदे ने जिन प्रेम कियो तिन ही प्रभ पायो। पर उस प्रेम की अवस्था नूं प्राप्त करन लई साडे अंदर जन्म जन्म की इस मन को मल लागी काला होआ सिया। साडा मन बहुत काला होया पिया कई जन्मां च घूमण करके। हुण इह मैल जदों तक उतरेगी नहीं उदों तक साडे अंदरों प्रेम की अवस्था पैदा नहीं होनी और परमात्मा बिना प्रेम तो मिलदा नहीं कदी भी। सो जिसे तरह साडी जिंदगी शुरू होंदी है आत्मक जीवन शुरू होंदा है गुरु साहब कहिंदे उहदे च रुकावटां आणियां ही आणियां है। भाई साहब भाई वीर सिंह जी कहिंदे ने कई बार ऐसे समय आउंदे ने जदों बाणी च मन नहीं लगदा बाणी च मन नहीं टिकदा गुरु साहब नाल सांझ बनाने की कोशिश करदे आ सांझ नहीं बनती उदों एक तड़प पैदा होंदी है। उस तड़प दे विचों जदों अरदास निकलदी है उदों वह मिलाप का एक साधन बनती है। जदों असीं परमात्मा की तड़प नूं अपने अंदरों इन्ना पक्का करांगे ताइयां जिहड़ियां दुनियावे दियां छोटियां छोटियां दुनिया दियां जिहड़ियां रुकावटां ने। सो कहण तों समुच्चा भाव की है कि परमात्मा नूं मिलण वास्ते साडी जिंदगी च दुख सुख हरख सोग उस्तत निंदा प्यार द्वैश राग द्वैश ये सारियां चीज़ां आणियां ही आणियां ने। इस करके आपां नूं इस तरह के किसी जीवन की कल्पना ही नहीं करनी चाहिए जिदे च कोई कलेश नहीं हैगा जिदे च कोई राटबाजी नहीं हैगी जिदे च पति पत्नी की लड़ाई नहीं हैगी। आपां अगों जो जिस तरह सवाल आएंगे आपां गल करांगे सतगुरु जी बख्शिश करन कि असी इस चीज़ नूं पहला एक्सैप्ट करिए क्योंकि जे आपां कई बार कहने ना कई बार असी गृहस्थ जीवन दे विच लड़े होंने एक दिन दो दिन तीन दिन आपस च नहीं बोलते पर उस तो बाद जदों असी इकट्ठे रहने वो जदों दोबारा बोलते हैं आपां सारे नूं पता है भी वह किन्ने प्यार वाला किन्ने मिलाप वाला समां होंदा जो विछोड़ा ही नहीं होएगा तो मिलण का मजा ही नहीं आना। इस करके जे पति पत्नी ने जे आपस च कोई खाएबाजी हो ही नहीं तो वह परिवार वस ही नहीं सकता। इस करके एक है बाजी एक बहुत जरूरी है। आपां इहदा गुरबाणी प्रतिपक्ष ज्यों ज्यों सवाल आणगे करांगे। फिलहाल इन्ने शब्द प्रवान करना वाहिगुरु जी का खालसा वाहिगुरु जी की फतेह। डॉक्टर साहब ने बड़ी प्यारी रमता कर दिती है पातशाह दा हुक्म है गृहस्थ कुटुंब पलेटियां कदे हरक कदे सोग। पातशाह दा बाणी विच हुक्म है कि हरक सोग नाल नाल चलते रहने ने। सो सब तो पहला मैं जनरल क्वेश्चन तो शुरुआत करदा। अक्सर पति सोचता है मैं अपनी पत्नी नूं ठीक करना है संवारना है। पत्नी सोचती है मैं अपने पति नूं ठीक करना है संवारना है। की करिए ते कौन करे ते मैं बेनती करांगा पैनल दे विच कोई भी सज्जन ते बड़े संखेप शब्दां दे विच ओ अपने इनपुट्स असीं दे सकदे हां इहदे ते। पति भाई देसा सिंह दा जो रहतनामा है उहदे विच हुक्म है कि विनय विवेक धर्म दृढ़ रख है मिथ्या बचन ना कबहू भाख है। ये एक दूसरे नूं जो थले लाण दी गल है उस संबंध विच मैडम सरबजोत भी कह रहे सन कि उहदे विच दोनां दे वास्ते हुक्म है लेकिन इस्त्री दा ये एडवांटेज है कि वह
इस जन्म दे विच उहनूं इस्त्री रूप भी मिलिया ते उह जीव रूपी इस्त्री भी है। पुरश नूं उस दा अहसास करन लई थोड़ी ज़्यादा मेहनत करनी पैंदी है। इस करके इस्त्री जिहड़ी है उह ज़्यादा भागशाली है कि उहनूं विवाह दे विच इस्त्री दा ही रोल मिलिया है, नाले उह जीव रूपी इस्त्री भी है। ये मन सुंदर अपना हर नाम मजीठै रंग री त्याग सियाणप चातरी तू जान गोपाल संगरी और मन मोती जे गहना होवै पौन होवै सूत धारी। बाबा फरीद जी का भी है कि आप सवार मैं मिलिया सुख होए दूजे नूं सवारन दे नालों। वो कहिंदे ने भी अपना आप पहला जे असीं सवार लईए ते दूजे नूं सबक सिखाण दी जगह बुरे दा भला कर गुस्सा मनना हंडाए, असीं गुस्सा जिहड़ा उहनूं इस तरह दा बना लैंदे आ भी उन्हों फिर हंडाते रहने दे रोग लगते हैं और साढ़े पल्ले कुछ नहीं पैंदा, पल्ला साढ़ा खाली रह जाता। तो ये जे सैल्फ अनैलिसिस सैल्फ रियलाइजेशन जे की जाए तो वो अपनापन जिहड़ा है उन्हों एनवेलप किया जाए, पति जिहड़ी है पत्नी नूं एनवेलप करे कलावे दे विच उसनों लैण दी गल है। कलावे का मतलब ये नहीं हुंदा कि असी बांह दे नाल ही कलावा लईए तां कलावा हुंदा, एनवेलप करन दा मतलब हुंदा अपनेपन दा अपनेपन दे विच ले आना, उन्हों अपना ही समझना भी जे उन्हों गुस्सा आया तो सानू ही गुस्सा आया तो उन्हों संवारन दी गल जिहड़ी है उहदे लई टाइम वेट करना ते उहदे लई कोई ना कोई क्रिएटिविटी होर लभनी और उसनूं उहदी लीकेज करना जे उहदे विच कोई प्रैशर आ गया उहनूं किस तरह उहदा लीकेज करके ते उहनूं काम कीता जा सकदा है। तो ये मेरा ख्याल है भी रिस्ट्रेंट जिहड़ा है वह ज़्यादा जरूरी है बजाय कि असी डेटरेंट जिहड़ा उहनूं यूज़ करिए। डेटरेंट यूज़ करन दी बजाय कंसट्रेंट